ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਇੰਡੀਆ ਨਿਊਜ਼ ਪੰਜਾਬ ਅਤੇ ਪੰਜਾਬ ਪੁਆਇੰਟ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਪੁਆਇੰਟ 'ਚ ਅੱਜ ਗੱਲ ਕਰਾਂਗੇ ਰੈਫਰੈਂਡਮ 2020 ਦੀ ਕੀ ਰੈਫਰੈਂਡਮ 2020 ਪਾਕਿਸਤਾਨ ਸਪੋਂਸਰਡ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਪਾਕਿਸਤਾਨ ਦੇ ਹੱਥਾਂ 'ਚ ਕਿਤੇ ਗਰਮ ਖਿਆਲੀ ਤਾਂ ਨਹੀਂ ਖੇਡ ਰਹੀ ਇਹ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਲ ਤੁਹਾਡੀ ਟੈਲੀਵਿਜ਼ਨ ਸਕਰੀਨ 'ਤੇ ਹੈ ਪੰਜਾਬ ਪੁਆਇੰਟ ਦੇ ਵਿੱਚ ਅੱਜ ਅਸੀਂ ਮੁੱਦਾ ਚੁੱਕਣ ਜਾ ਰਹੇ ਹਾਂ ਰੈਫਰੈਂਡਮ 2020 ਦਾ ਕੀ ਰੈਫਰੈਂਡਮ 2020 ਪਾਕਿਸਤਾਨ ਸਪੋਂਸਰਡ ਹੈ ਪਹਿਲਾ ਸਵਾਲ ਜਿਹੜਾ ਅੱਜ ਅਸੀਂ ਵਿਚਾਰਾਂਗੇ ਤੁਹਾਡੀ ਟੈਲੀਵਿਜ਼ਨ ਸਕਰੀਨ 'ਤੇ ਦੂਜਾ ਸਵਾਲ ਪਾਕਿਸਤਾਨ ਦੇ ਹੱਥਾਂ 'ਚ ਕਿਉਂ ਖੇਡ ਰਹੇ ਨੇ ਕੁਛ ਗਰਮ ਖਿਆਲੀ ਇਹ ਦੂਸਰਾ ਸਵਾਲ ਹੈ ਤੀਸਰਾ ਸਵਾਲ ਰੈਫਰੈਂਡਮ 2020 ਕੀ ਸਿੱਖਾਂ ਨੂੰ ਵੰਡਣ ਦੀ ਸਾਜ਼ਿਸ਼ ਹੈ ਇਹ ਅੱਜ ਤੀਜਾ ਸਵਾਲ ਹੈ ਪੰਜਾਬ ਪੁਆਇੰਟ ਦਾ ਚੌਥਾ ਸਵਾਲ ਕੀ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਦਾ ਨਾਂ ਹੈ ਰੈਫਰੈਂਡਮ 2020 ਅਤੇ ਪੰਜਵਾਂ ਸਵਾਲ ਕੀ ਰੈਫਰੈਂਡਮ 2020 ਵਿਦੇਸ਼ੀ ਫੰਡ ਦੀ ਲੜਾਈ ਹੈ ਸੋ ਇਹ ਪੰਜ ਸਵਾਲ ਰੈਫਰੈਂਡਮ 2020 ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਉੱਪਰ ਅੱਜ ਅਸੀਂ ਚਰਚਾ ਕਰਾਂਗੇ ਪੰਜਾਬ ਦੀ ਸਭ ਤੋਂ ਵੱਡੀ ਡਿਬੇਟ ਪੰਜਾਬ ਪੁਆਇੰਟ ਦੇ ਵਿੱਚ ਕੱਲ੍ਹ ਯਾਨੀ 12 ਤਰੀਕ ਨੂੰ ਲੰਡਨ ਐਲਾਨਨਾਮਾ ਇੰਗਲੈਂਡ ਦੇ ਲੰਡਨ ਦੇ ਟ੍ਰਫੈਲਗਰ ਸਕੁਏਅਰ 'ਚ ਹੋਣ ਜਾ ਰਿਹਾ ਰੈਫਰੈਂਡਮ 2020 ਨੂੰ ਲੈ ਕੇ ਆਖਿਰ ਇਹ ਰੈਫਰੈਂਡਮ 2020 ਕੀ ਹੈ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਰੈਫਰੈਂਡਮ 2020 ਅਤੇ ਇਸ 'ਤੇ ਮਚੇ ਘਮਸਾਣ ਨਾਲ ਪੂਰੀ ਦੁਨੀਆ 'ਚ ਵਸਦੇ ਸਿੱਖ ਇਹਨਾਂ ਦੀ ਵੀ 12 ਅਗਸਤ ਨੂੰ ਲੰਡਨ 'ਚ ਹੋਣ ਜਾ ਰਹੇ ਐਲਾਨਨਾਮੇ ਨੂੰ ਲੈ ਕੇ ਸੋਚੀ ਪਏ ਹੋਏ ਨੇ ਇਹ ਸੋਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਵੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਰੈਫਰੈਂਡਮ ਦੀ ਕੋਈ ਹਵਨ ਨਹੀਂ ਹੈ ਨਾ ਹੀ ਕੋਈ ਇਹਨਾਂ ਦੇ ਹਿਮਾਇਤੀ ਨੇ ਪੰਜਾਬ ਦੇ ਲੋਕ ਰੈਫਰੈਂਡਮ 2020 ਦੇ ਝਾਂਸੇ 'ਚ ਨਾ ਆਉਣ ਅਤੇ ਨਾ ਹੀ ਗੁੰਮਰਾਹ ਹੋਣ ਪਰ ਸਵਾਲ ਇਹ ਕਿ ਦੇਸ਼ ਵੰਡੂ ਅਤੇ ਪੰਜਾਬ ਤੋੜੂ ਇਹਨਾਂ ਸਾਜ਼ਿਸ਼ਾਂ ਦਾ ਮਾਕੂਲ ਜਵਾਬ ਕਿਵੇਂ ਦਿੱਤਾ ਜਾਵੇਗਾ ਅਤੇ ਕੌਣ ਦੇਵੇਗਾ ਰੈਫਰੈਂਡਮ 2020 ਨੂੰ ਲੈ ਕੇ ਹੋਣ ਜਾ ਰਹੇ ਲੰਡਨ ਐਲਾਨਨਾਮੇ 'ਤੇ ਜਿੱਥੇ ਭਾਰਤ ਸਰਕਾਰ ਨੇ ਬਰਤਾਨੀਆ ਹਕੂਮਤ ਨਾਲ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤਾਂ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੈਫਰੈਂਡਮ 'ਤੇ ਆਪਣਾ ਕੜਾ ਪ੍ਰਤੀਕਰਮ ਜ਼ਾਹਿਰ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ SFJ ਵੱਲੋਂ ਕਰਵਾਏ ਜਾ ਰਹੇ ਇਸ ਭਾਰਤ ਵਿਰੋਧੀ ਸਮਾਗਮ ਦੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਹੱਥ ਹੋਣਾ ਦੱਸਿਆ ਹੈ ਕੈਪਟਨ ਨੇ ਕਿਹਾ ਕਿ ਇਸ ਸਮਾਗਮ ਦੇ ਪਿੱਛੇ ਸਿਰਫ ਭਾਰਤ ਹੀ ਨਹੀਂ ਬਲਕਿ ਪੰਜਾਬ 'ਚ ਵੀ ਸ਼ਾਂਤੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੈਪਟਨ ਅਮਰਿੰਦਰ ਦਾ ਕਹਿਣਾ ਹੈ ਕਿ ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ 'ਚ ਅਜਿਹਾ ਕੋਈ ਨਾ ਤਾਂ ਮਾਹੌਲ ਹੈ ਅਤੇ ਨਾ ਹੀ ਉਹਨਾਂ ਦੇ ਕੋਈ ਹਮਾਇਤੀ ਉਹਨੂੰ ਜਿੰਨਾ ਘੱਟ ਤੁਸੀਂ ਉਹਦੇ ਬੋਲੋ ਉਹ ਜਿਹੜੀ ਗੁੱਤ ਜੀ ਹੈ ਉਹਦੀ ਪਾਈ ਹੋਈ ਕੀ ਹੈ ਵਰਡ ਇਜ਼ ਨੇਮ ਉਹਦਾ ਫੈਲੋ ਪੰਨੂ 'ਚ ਜਿੰਨਾ ਘੱਟ ਬੋਲੋ ਇੰਨਾ ਹੀ ਵਾਧੂ ਹੈ 2020 'ਚ ਕੀ ਕਰ ਲੂਗਾ ਪੰਜਾਬ ਦੇ ਵਿੱਚ ਇਨ ਹਿੰਦੁਸਤਾਨ ਇਜ਼ ਦੇ ਐਨੀ ਸਟੇਟ ਵੇਅਰ ਦ ਸਿੱਖਸ ਆਰ ਨਾਟ ਡੂਇੰਗ ਵੈਲ ਇਜ਼ ਪੰਜਾਬ ਨਾਟ ਡੂਇੰਗ ਵੈਲ ਯੂ ਨੇਮ ਮੀ ਵਨ ਸਟੇਟ ਵੇਅਰ ਦੇ ਆਰ ਨੋ ਸਿੱਖਸ ਵਾਟ ਇਜ਼ ਦਿਸ ਨੌਨਸੈਂਸ ਇਜ਼ ਫਰੋਸ ਡੂਇੰਗ ਦੇਅਰ ਸਿਟਿੰਗ ਦੇਅਰ ਹੀ ਮੇਕਸ ਮਨੀ ਔਨ ਦਿਸ ਸੋ ਰੌਲਾ ਪਾਈ ਜਾਂਦਾ ਬਸ ਪਾਉਣ ਦੇ ਇਹ ਪੈਸੇ ਦੇ ਰਹੇ ਨੇ ਜੋ ਬੁਲਾ ਰਹੇ ਨੇ ਵਾਟ ਇਜ਼ ਦੈਟ ਇੰਡੀਕੇਟ ਆਪਣੇ ਆਪ ਨਹੀਂ ਜਾਣਾ ਚਾਹੁੰਦਾ ਕੋਈ ਪੈਸੇ ਭੇਜ ਦਿਓ ਜੀ ਟਿਕਟ ਹੁਣ ਜਾਊਗਾ ਅੱਧ ਘੰਟਾ ਟ੍ਰੈਫਲਗਰ ਸਕੁਆਇਰ 'ਚ ਚਲਿਆ ਜਾਊਗਾ ਉਸ ਤੋਂ ਬਾਅਦ ਫਿਰ 4-5 ਦਿਨ ਲੰਡਨ ਘੁੰਮ ਕੇ ਆਜੂ ਵਾਪਸ ਜਿੱਥੇ ਕੈਪਟਨ ਨੇ ਇਸ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਲਈ ਕਿਹਾ ਹੈ ਤਾਂ ਉੱਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਅਜਿਹੇ ਰੈਫਰੈਂਡਮ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਬਚ ਕੇ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਰੈਫਰੈਂਡਮ ਵਾਲੇ ਠੱਗਾਂ ਦੇ ਝਾਂਸੇ 'ਚ ਨਾ ਆਉਣ ਅਤੇ ਨਾ ਹੀ ਮੁਫਤ ਟਿਕਟ ਅਤੇ ਵੀਜ਼ੇ ਦੇ ਪ੍ਰਲੋਭਨ ਤੋਂ ਵੀ ਬਚ ਕੇ ਰਹਿਣ ਰੈਫਰੈਂਡਮ 2020 ਹੈ ਕਿ ਅਤੇ ਪੰਜਾਬ ਦੇ ਕਿਸੇ ਬੱਚੇ ਕਿਸੇ ਬਜ਼ੁਰਗ ਕਿਸੇ ਨੌਜਵਾਨ ਨੂੰ ਇਹ ਨਹੀਂ ਪਤਾ ਕਿ ਰੈਫਰੈਂਡਮ 2020 ਹੈ ਨਾ ਹੀ ਪੰਜਾਬ ਦੀ ਜਨਤਾ ਦਾ ਸਮਾਜ ਦੇ ਕਿਸੇ ਵਰਗ ਦਾ ਇਹਦੇ ਵਿੱਚ ਕੋਈ ਇੰਟਰਸਟ ਹੈ ਕੋਈ ਦਿਲਚਸਪੀ ਕੁਛ ਕੁ ਲੋਕ ਵਿਦੇਸ਼ਾਂ ਦੇ ਵਿੱਚ ਬੈਠ ਕੇ ਸਾਡੇ ਗੁਆਂਢੀ ਦੇਸ਼ਾਂ ਦੀ ਮਦਦ ਲੈ ਕੇ ਉੱਥੇ ਦੀਆਂ ਏਜੰਸੀਆਂ ਦੀ ਮਦਦ ਲੈ ਕੇ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਜਿਹੜਾ ਸਦਭਾਵਨਾ ਦਾ ਮਾਹੌਲ ਹੈ ਉਹਨੂੰ ਖਰਾਬ ਕਰਨਾ ਚਾਹੁੰਦੇ ਆ ਪਰ ਪੰਜਾਬ ਦੀ ਜਨਤਾ ਪਿਛਲੇ ਹਾਲਾਤਾਂ ਤੋਂ ਬਹੁਤ ਕੁਝ ਸਭ ਸਿੱਖ ਚੁੱਕੀ ਹੈ ਕੋਈ ਵੀ ਪੰਜਾਬ ਦੇ ਅਮਨ ਸ਼ਾਂਤੀ ਨੂੰ ਡਿਸਟਰਬ ਕਰਨ ਵਾਲੀ ਕਿਸੇ ਵੀ ਮੂਵਮੈਂਟ ਦੇ ਨਾਲ ਜੁੜਨ ਵਾਸਤੇ ਤਿਆਰ ਨਾ ਤਾਂ ਇੱਥੇ ਕੋਈ ਖਾਲਿਸਤਾਨ ਚਾਹੁੰਦਾ ਅਤੇ ਨਾ ਇੱਥੇ ਕੋਈ ਰੈਫਰੈਂਡਮ 2020 ਦੇ ਹੱਕ ਦੇ ਵਿੱਚ
ਜਿਹੜੇ ਥੋੜ੍ਹੇ ਬਹੁਤ ਲੋਕ ਇੱਥੇ ਗੱਲ ਵੀ ਕਰਦੇ ਸੀ ਉਹ ਵੀ ਇਹਨਾਂ ਦੇ ਖਿਲਾਫ਼। ਇਸ ਕਰਕੇ ਇਹ ਜਿਹੜਾ ਪਖੰਡ ਦਾ ਡਰਾਮਾ ਹੈ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਪੈਸਾ ਇਕੱਠਾ ਕਰਨ ਵਾਸਤੇ, ਸਿਆਸੀ ਰੋਟੀਆਂ ਸਿੱਖਣ ਵਾਸਤੇ ਅਤੇ ਸਾਡੇ ਗੁਆਂਢੀ ਦੇਸ਼ਾਂ ਦੇ ਜਿਹੜੇ ਚਾਹੁੰਦੇ ਆ ਸਾਡੇ ਅਮਨ ਅਤੇ ਸ਼ਾਂਤੀ ਡਿਸਟਰਬ ਹੋਵੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਆ। ਇਸ ਕਰਕੇ ਮੈਂ ਸਮਝਦਾ ਕਿ ਜਦੋਂ ਲੋਕ ਇਹਦੇ ਵਿੱਚ ਇੰਟਰਸਟਡ ਨਹੀਂ ਹੈ ਤਾਂ ਆਪਣੇ ਆਪ ਹੀ ਇਹ ਜਿਹੜਾ ਉਹਨਾਂ ਦਾ ਤਜਰਬਾ ਇਹ ਫੇਲ ਹੋ ਜਾਂਦਾ। ਗੌਰਤਲਬ ਹੈ ਕਿ ਰੈਫਰੈਂਡਮ 2020 ਦੇ ਲਈ 12 ਅਗਸਤ ਨੂੰ ਲੰਡਨ ਦੇ ਟ੍ਰਫਲਗਰ ਸਕੁਅਰ 'ਚ ਇਸ ਪ੍ਰੋਗਰਾਮ ਰਾਹੀਂ ਭਾਰਤ ਤੋਂ ਪੰਜਾਬ ਨੂੰ ਵੱਖ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ, ਜਿਸ ਦੀ ਭਾਰਤ ਹੀ ਨਹੀਂ ਬਲਕਿ ਪੰਜਾਬ ਅਤੇ ਪੰਜਾਬੀਆਂ ਵੱਲੋਂ ਵੀ ਪੂਰਨ ਨਿਖੇਧੀ ਕੀਤੀ ਜਾ ਰਹੀ ਹੈ। ਪਰ ਵਿਦੇਸ਼ੀ ਦੁਸ਼ਮਣ ਤਾਕਤਾਂ ਅਤੇ ਕੁਝ ਗਰਮ ਖਿਆਲੀ ਇਸ ਪ੍ਰੋਗਰਾਮ ਰਾਹੀਂ ਹੱਸਦੇ ਖੇਡਦੇ ਪੰਜਾਬ ਨੂੰ ਮੁੜ ਤੋਂ ਕਾਲੇ ਦੌਰ ਵੱਲ ਧੱਕਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਨੇ। ਪਰ ਸਵਾਲ ਇਹ ਖੜ੍ਹੇ ਹੁੰਦੇ ਨੇ ਕਿ ਵਿਦੇਸ਼ੀ ਧਰਤੀ 'ਤੇ ਹੋਣ ਵਾਲੇ ਅਜਿਹੇ ਰੈਫਰੈਂਡਮ ਦੀ ਇਜਾਜ਼ਤ ਭਾਰਤ ਦੇ ਦੋਸਤ ਮੁਲਕ ਕਿਉਂ ਦੇ ਰਹੇ ਨੇ? ਆਖਿਰ ਭਾਰਤ ਸਰਕਾਰ ਇਸ ਮਾਮਲੇ ਨੂੰ ਸਖ਼ਤੀ ਨਾਲ ਕੌਮਾਂਤਰੀ ਪੱਧਰ 'ਤੇ ਕਿਉਂ ਨਹੀਂ ਚੁੱਕ ਰਹੀ ਅਤੇ ਕੀ ਇਹ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਉਹਨਾਂ 'ਚ ਪਾੜਾ ਪਾ ਕੇ ਆਪਣੇ ਡਾਲਰਾਂ ਪੌਂਡਾਂ ਦੀ ਫੰਡਿੰਗ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਨੇ? ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਸੋ ਪੰਜਾਬ ਪੁਆਇੰਟ ਦੇ ਵਿੱਚ ਅੱਜ ਅਸੀਂ ਮੁੱਦਾ ਚੁੱਕਣ ਜਾ ਰਹੇ ਹਾਂ ਰੈਫਰੈਂਡਮ 2020 ਪਾਕਿਸਤਾਨ ਸਪੋਂਸਰਡ ਹੈ, ਇਹ ਜਾਣਨ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਦਾ ਨਾਂ ਹੈ ਰੈਫਰੈਂਡਮ 2020। ਰੈਫਰੈਂਡਮ 2020 ਕੀ ਸਿੱਖਾਂ ਨੂੰ ਵੰਡਣ ਦੀ ਸਾਜਿਸ਼ ਤਾਂ ਨਹੀਂ ਹੈ? ਇਸ ਦੇ ਉੱਪਰ ਗੱਲਬਾਤ ਕਰਾਂਗੇ। ਪਾਕਿਸਤਾਨ ਦੇ ਹੱਥਾਂ 'ਚ ਕਿਉਂ ਖੇਡ ਰਹੇ ਨੇ ਕੁਛ ਗਰਮ ਖਿਆਲੀ ਪੰਜਾਬੀ? ਕੀ ਰੈਫਰੈਂਡਮ 2020 ਪਾਕਿਸਤਾਨ ਸਪੋਂਸਰਡ ਹੈ? ਪਾਕਿਸਤਾਨ ਦੀ ਖੁਫੀਆ ਏਜੰਸੀ ISI ਪਿੱਛੇ ਇਸ ਦੇ? ਕੀ ਰੈਫਰੈਂਡਮ 2020 ਵਿਦੇਸ਼ੀ ਫੰਡ ਦੀ ਲੜਾਈ ਹੈ? ਕੌਣ ਇਸ ਦੇ ਪਿੱਛੇ ਹੈ? ਕਿਸ ਨੂੰ ਫੰਡਿੰਗ ਨਾਲ ਫਾਇਦਾ ਹੋਏਗਾ? ਕੀ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਦਾ ਨਾਂ ਹੈ ਰੈਫਰੈਂਡਮ 2020? ਆਖਿਰ ਕੀ ਹੈ ਰੈਫਰੈਂਡਮ 2020 ਜਿਸ ਨੇ ਸਭ ਨੂੰ ਸੋਚੀ ਪਾਇਆ ਹੋਇਆ? ਸੋ ਪਾਕਿਸਤਾਨ ਦੇ ਹੱਥਾਂ 'ਚ ਕਿਉਂ ਖੇਡ ਰਹੇ ਨੇ ਕੁਛ ਗਰਮ ਖਿਆਲੀ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਲੰਡਨ ਦੇ ਟ੍ਰਫਲਗਰ ਸਕੁਅਰ ਦੇ ਵਿੱਚ ਕੱਲ੍ਹ ਹੋਣ ਜਾ ਰਹੇ ਲੰਡਨ ਐਲਾਨਨਾਮੇ ਦੇ ਨਾਲ ਜੁੜਿਆ ਹੋਇਆ ਰੈਫਰੈਂਡਮ 2020, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਪਾਕਿਸਤਾਨ ਦੀ ਖੁਫੀਆ ਏਜੰਸੀ ISI, ਜਾਂ ਮਤਲਬ ਪਾਕਿਸਤਾਨ ਇਸ ਦੇ ਪਿੱਛੇ ਹੈ, ਇਸ ਦੇ ਸਬੂਤ ਵੀ ਹੁਣ ਆ ਚੁੱਕੇ ਨੇ, ਜਾਣਨ ਦੀ ਕੋਸ਼ਿਸ਼ ਕਰਾਂਗੇ ਆਖਿਰ ਕਿਉਂ ਸਾਡੇ ਖੁਦ ਦੇ ਪੰਜਾਬ ਦੇ ਕੁਛ ਗਰਮ ਖਿਆਲੀ ਇਹਨਾਂ ਦੇ ਹੱਥ ਦੇ ਮੋਹਰੇ ਕਿਉਂ ਬਣੇ ਹੋਏ ਨੇ, ਪਾਕਿਸਤਾਨ ਦੇ ਹੱਥ ਦੇ ਮੋਹਰੇ ਕਿਉਂ ਬਣੇ ਨੇ? ਸੋ ਪੰਜਾਬ ਪੁਆਇੰਟ ਦਾ ਸਭ ਤੋਂ ਵੱਡਾ ਡਿਬੇਟ ਜਿਸ ਦੇ ਉੱਪਰ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ। ਸੋ ਪੰਜਾਬ ਪੁਆਇੰਟ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ ਰੈਫਰੈਂਡਮ 2020 ਪਾਕਿਸਤਾਨ ਸਪੋਂਸਰਡ ਹੈ। ਚੰਡੀਗੜ੍ਹ ਦੇ ਵਿੱਚ ਸਾਡੇ ਨਾਲ ਖਾਸ ਮਾਹਿਰ ਜੁੜ ਗਏ ਨੇ, ਉਹਨਾਂ ਦਾ ਤਾਰੁਫ ਤੁਹਾਡੇ ਨਾਲ ਕਰਵਾ ਦਿੰਦੇ ਹਾਂ। ਹਰਜੀਤ ਸਿੰਘ ਗਰੇਵਾਲ ਸਾਹਿਬ ਭਾਰਤੀ ਜਨਤਾ ਪਾਰਟੀ ਤੋਂ, CD ਕੰਬੋਜ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਸੁਰਿੰਦਰ ਸਿੰਘ ਕਿਸ਼ਨਪੁਰਾ ਜੀ ਸਿੰਘ ਸਭਾ ਤੋਂ, ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ AISF ਤੋਂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਪੀਰ ਮੁਹੰਮਦ ਸਾਹਿਬ। ਸੋ ਚਰਚਾ ਅਸੀਂ ਕਰ ਰਹੇ ਹਾਂ ਕਿ ਰੈਫਰੈਂਡਮ 2020 ਨੂੰ ਲੈ ਕੇ ਬੜਾ ਬਵਾਲ ਹੋ ਗਿਆ, ਬਹੁਤ ਜ਼ਿਆਦਾ ਗੱਲਬਾਤ ਹੋ ਰਹੀ ਹੈ, ਲੰਡਨ ਐਲਾਨਨਾਮਾ ਹੋ ਰਿਹਾ, ਪਰ ਹੁਣ ਜੋ ਤੱਥ ਸਾਹਮਣੇ ਆ ਰਿਹਾ, ਮੈਂ ਕਹਿ ਰਿਹਾ ਕਿ ਤੱਥ ਸਾਹਮਣੇ ਆ ਰਿਹਾ ਕਿ ਪਾਕਿਸਤਾਨ ਇਸ ਦੇ ਪਿੱਛੇ ਹੈ ਅਤੇ ਸਾਡੇ ਕੁਛ ਗਰਮ ਖਿਆਲੀ ਜੋ ਵੱਖਰੀ ਸੋਚ ਰੱਖਦੇ ਨੇ ਉਹ ਪਾਕਿਸਤਾਨ ਦੇ ਹੱਥ ਦਾ ਮੋਹਰਾ ਕਿਉਂ ਬਣ ਰਹੇ ਨੇ? ਪੀਰ ਮੁਹੰਮਦ ਸਾਹਿਬ ਕੀ ਕਹੋਗੇ, ਲੰਡਨ ਐਲਾਨਨਾਮਾ ਕੱਲ੍ਹ ਹੋਣ ਜਾ ਰਿਹਾ, ਕੀ ਇਹ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? ਦੇਖੋ, ਜਿੱਥੋਂ ਤੱਕ ਪਾਕਿਸਤਾਨ ISI ਦੀ ਗੱਲ ਹੈ, ਇਹ ਬਹੁਤ ਮੰਦਭਾਗੀ ਗੱਲ ਹੈ ਕਿ ਇਹਨਾਂ ਗੱਲਾਂ ਦਾ ਸਿੱਖਾਂ ਦੀ ਬੇਇਨਸਾਫੀ ਦੇ ਨਾਲ ਜੋੜਨਾ। ਅਸਲ ਮੀਡੀਏ ਦਾ ਜਿਹੜਾ ਪੱਖ ਹੈ ਉਹ ਦੁਨੀਆ ਦੇ ਸਾਹਮਣੇ ਆਉਣਾ ਚਾਹੀਦਾ ਹੈ, ਕਿਉਂਕਿ ਮੀਡੀਆ ਇੱਕ ਐਸੀ ਅੱਖ ਹੈ ਜਿਸ ਤੋਂ ਦੁਨੀਆ ਨੂੰ ਪਤਾ ਲੱਗਦਾ ਕੀ ਗਰਾਊਂਡ ਦੇ ਉੱਤੇ ਚੰਗਾ ਹੋ ਰਿਹਾ ਅਤੇ ਕੀ ਮਾੜਾ ਹੋ ਰਿਹਾ। ਔਰ ਗੌਰਵ ਜੀ, ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਜੋ ਇਨਜਸਟਿਸ ਹੋਇਆ ਹੈ 1947 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੇ ਨਾਲ, ਪਹਿਲਾਂ ਉਸ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਉਹਨਾਂ ਗੱਲਾਂ ਕਰਕੇ ਅੱਜ ਜਿਹੜਾ ਤੁਸੀਂ ਕਹਿ ਰਹੇ ਹੋ, ਕਦੀ ਆਪਾਂ ਬਾਹਰਲੇ ਦੇਸ਼ ਨੂੰ
ਕਦੀ ਆਪਾਂ ਗਵਾਂਢੀ ਮੁਲਕ ਨੂੰ ਜਾਂ ਕਿਸੇ ਹੋਰ ਨੂੰ ਦੋਸ਼ ਦਿੰਦੇ ਹਾਂ, ਉਹ ਦੋਸ਼ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਦੇਣਾ ਚਾਹੀਦਾ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ, ਜਿਨ੍ਹਾਂ ਨੇ ਇੱਥੇ ਰਾਜ ਕੀਤਾ ਔਰ ਜਿਨ੍ਹਾਂ ਲੋਕਾਂ ਦੀ ਬਦੌਲਤ ਰਾਜ ਆਇਆ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਸ ਕੌਮ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ, ਫਾਂਸੀਆਂ ਦੇ ਫੰਦੇ ਚੁੰਮੇ ਔਰ ਕਾਲੇ ਪਾਣੀ ਗਏ, ਉਹਨਾਂ ਨੂੰ ਭੁੱਲ ਕੇ, ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਤੇ ਅੱਜ ਇਸ ਮਸਲੇ ਦੇ ਉੱਪਰ ਜਿਸ ਤਰੀਕੇ ਦੀ ਰਾਜਨੀਤੀ ਕਰਕੇ ਇੱਕ ਬੜਾ ਡਰਾਵਾ ਦਿੱਤਾ ਜਾ ਰਿਹਾ ਕਿ ਪਤਾ ਨਹੀਂ 2020 ਕੀ ਹੋਵੇਗਾ, 2020 ਨੂੰ ਪਾਸੇ ਕਰ ਦਿਓ। ਆਪਾਂ ਨੂੰ ਆਪਣੇ ਪੰਜਾਬ ਬਾਰੇ ਆ ਫਿਕਰ ਹੋਣਾ ਚਾਹੀਦਾ ਕਿ ਸਾਡਾ ਪੰਜਾਬ ਪੀਰ ਮੁਹੰਮਦ ਸਾਹਿਬ ਕਰਨੈਲ ਸਿੰਘ, ਪੀਰ ਮੁਹੰਮਦ ਸਾਹਿਬ ਤੁਹਾਡੀ ਭਾਵਨਾਵਾਂ ਦੀ ਸਾਰੇ ਕਦਰ ਕਰਦੇ, ਜਿਹੜਾ ਤੁਸੀਂ ਦੁਖਾਂਤ ਪੰਜਾਬ ਦਾ ਦੱਸਿਆ ਸਾਰੇ ਉਸ ਤੋਂ ਜਾਣੂ ਆ। ਟੈਲੀਵਿਜ਼ਨ ਸਕਰੀਨ 'ਤੇ ਤੁਸੀਂ ਵੀ ਦੇਖ ਸਕਦੇ ਹੋ, ਪੂਰਾ ਪੰਜਾਬ ਦੇਖ ਰਿਹਾ। ਇਹ ਅਗਰ ਅਸੀਂ ਪਾਕਿਸਤਾਨੀ ਸਾਜਿਸ਼ ਨਾ ਕਹੀਏ ਤਾਂ ਕੀ ਕਹੀਏ, ਜਦ ਇਹ ਸਾਬਤ ਹੋ ਗਿਆ ਕਿ ਇਸ ਰੈਫਰੈਂਡਮ 2020 ਦੇ ਪਿੱਛੇ ਪਾਕਿਸਤਾਨ, ਪਾਕਿਸਤਾਨ ਦੀ ਖੁਫੀਆ ਏਜੰਸੀ ISI ਹੈ, ਅਤੇ ਸਾਡੇ ਲੋਕ ਉਹਨਾਂ ਦੇ ਮੋਹਰੇ ਕਿਉਂ ਬਣ ਰਹੇ ਨੇ? ਆਪਣਾ ਦੁਖਾਂਤ ਅਸੀਂ ਆਪ ਚੱਲ ਸਕਦੇ ਹਾਂ, ਆਪਣੇ ਮੁਲਕ ਚੱਲ ਸਕਦੇ ਹਾਂ। ਪਾਕਿਸਤਾਨ ਦੇ ਨਾਲ ਅਸੀਂ ਰੋਜ਼ ਮੀਟਿੰਗਾਂ ਕਰਦੇ ਹਾਂ, ਸਾਡੀਆਂ ਆਰਥੀਆਂ, ਸਾਡੇ ਨੌਜਵਾਨਾਂ ਦੀਆਂ ਆਰਥੀਆਂ ਪਾਕਿਸਤਾਨ ਦੇ ਜਿਹੜਾ ਹਿੰਦੁਸਤਾਨ ਦਾ ਬਾਰਡਰ ਏ ਰੋਜ਼ ਉੱਥੇ ਵੇਚ ਰਹੀਆਂ ਹੈ। ਅਸੀਂ ਫਿਰ ਉਹਨਾਂ ਨੂੰ ਜੱਫੀਆਂ ਪਾ ਰਹੇ ਹਾਂ, ਉਹਨਾਂ ਨਾਲ 1-to-1 ਗੱਲ ਕਰਕੇ ਇਹ ਜਿਹੜਾ ਸ਼ਾਂਤੀ ਵਾਲਾ ਮਾਹੌਲ ਬਣਾਉਣਾ ਚਾਹੀਦਾ, ਨਾ ਕਿ ਇਹਦੇ ਵਿੱਚ ਠੀਕ ਹੈ ਠੀਕ ਹੈ ਤੁਸੀਂ ਆਪਣੀ ਗੱਲ ਕਰਤੀ ਠੀਕ ਹੈ ਪੀਰ ਮੁਹੰਮਦ ਜੀ, ਪੀਰ ਮੁਹੰਮਦ ਜੀ ਮੇਰਾ ਕਲੀਅਰ ਕੱਟ ਕੁਐਸਚਨ ਤੁਹਾਡੇ ਤੋਂ, ਗਰੇਵਾਲ ਸਾਹਿਬ ਤੋਂ ਵੀ ਮੈਂ ਜਾਣੂੰਗਾ, ਕਲੀਅਰ ਕੱਟ ਕੁਐਸਚਨ, ਤੁਹਾਨੂੰ ਲੱਗਦਾ ਕਿ ਰੈਫਰੈਂਡਮ ਹੋਣਾ ਚਾਹੀਦਾ ਹੈ? ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਰੈਫਰੈਂਡਮ ਸਾਡੇ ਲੋਕਾਂ ਨੇ ਫੈਸਲਾ ਕਰਨਾ ਕਿ ਅਸੀਂ ਕੀ ਚਾਹੁੰਦੇ ਹਾਂ। ਸਾਡੇ ਲੋਕ ਜਸਟਿਸ ਚਾਹੁੰਦੇ। ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਕਿ ਲੋਕਾਂ ਨੇ ਫੈਸਲਾ ਕਰ ਲਿਆ, 2017 'ਚ ਚੋਣਾਂ ਹੋ ਗਈਆਂ, ਤੁਸੀਂ ਖੁਦ ਵੋਟ ਪਾਉਣ ਗਏ ਸੀਗੇ, ਲੋਕਾਂ ਨੇ ਜਿਹੜਾ ਫੈਸਲਾ ਕਰਨਾ ਸੀ ਲੋਕਤੰਤਰ ਦੇ ਅਧੀਨ ਕਰਨਾ ਸੀਗਾ, ਤੁਸੀਂ ਆਜ਼ਾਦ ਮੁਲਕ 'ਚ ਰਹਿ ਰਹੇ ਹੋ, ਹਾਲੇ ਕਿਹੜੇ ਫੈਸਲੇ ਕਰਵਾਉਣੇ ਆ? ਸਭ ਤੋਂ ਪਹਿਲੇ ਮੈਂ ਗਰੇਵਾਲ ਸਾਹਿਬ ਕੋਲ ਜਾਊਂਗਾ, ਤੁਹਾਡਾ ਪੁਆਇੰਟ ਮੈਂ ਸੁਣ ਲਿਆ। ਗਰੇਵਾਲ ਸਾਹਿਬ, ਅੱਜ ਵੀ ਪੀਰ ਮੁਹੰਮਦ ਜੀ ਕਹਿ ਰਹੇ ਨੇ ਕਿ ਅੱਜ ਸਾਡੇ ਲੋਕ ਫੈਸਲਾ ਕਰਨਗੇ, 2017 'ਚ ਫੈਸਲਾ ਨਹੀਂ ਹੋਇਆ, 2014 ਦੇ ਵਿੱਚ ਲੋਕ ਸਭਾ ਦੀ ਚੋਣਾਂ ਹੋਈਆਂ ਤਾਂ ਫੈਸਲਾ ਨਹੀਂ ਹੋਇਆ, ਹਾਲੇ ਕਿਹੜਾ ਫੈਸਲਾ ਕਰਵਾਉਣਾ ਆਪਾਂ? ਇਸ ਤਰ੍ਹਾਂ ਗੌਰਵ ਜੀ, ਸਭ ਤੋਂ ਪਹਿਲਾਂ ਮੈਂ ਕਹਿ ਦਿਆਂ ਕਿ ਇਹ ISI ਦੀ ਇੱਕ ਬਹੁਤ ਬੜੀ ਸਾਜਿਸ਼ ਆ, ਔਰ ਜਿਹੜੇ ਲੋਕ ਵੀ ਇਹਦੇ ਨਾਲ ਸਹਿਮਤੀ ਪ੍ਰਗਟਾਉਂਦੇ ਨੇ ਉਹ ਐਂਟੀ ਨੈਸ਼ਨਲ ਲੋਕ ਨੇ, ਉਹਨਾਂ ਦੀ ਵਿਚਾਰਧਾਰਾ ਐਂਟੀ ਨੈਸ਼ਨਲ ਆ। ਇਹ ਜਿਹੜੀ ਸਿੱਖ ਫੋਰ ਜਸਟਿਸ ਆ, ਇਹ ਸਿੱਖਾਂ ਦੇ ਨਾਲ ਇਨਜਸਟਿਸ ਆ, ਇਹਦੀ 2007 'ਚ ਸਥਾਪਨਾ ਹੋਈ, ਇਹਨੇ ਸਭ ਤੋਂ ਪਹਿਲਾਂ ਕਿਹਾ ਕਿ ਅਸੀਂ 1984 ਦੇ ਪੀੜਤਾਂ ਨੂੰ ਇਨਸਾਫ ਦਿਵਾਵਾਂਗੇ। ਜਦੋਂ ਇਹਨਾਂ ਨੇ ਦੇਖਿਆ, ISI ਨੇ ਦੇਖਿਆ ਕਿ ਉਹਦੇ ਨਾਲ ਸਾਡਾ ਮਕਸਦ ਹੱਲ ਨਹੀਂ ਹੋਣਾ, ਇਹਨਾਂ ਨੇ ਉਹ ਮੁੱਦਾ ਹੀ ਛੱਡਤਾ। ਉਸ ਤੋਂ ਬਾਅਦ ਇਹਨਾਂ ਨੇ ਜਿੰਨੇ ਵੀ ਸਾਡੇ ਮੰਤਰੀ ਜਾਂ ਪ੍ਰਧਾਨ ਮੰਤਰੀ ਉੱਥੇ ਜਾਂਦੇ ਸੀ, ਇੱਥੋਂ ਤੱਕ ਕਿ ਸਰਦਾਰ ਮਨਮੋਹਨ ਸਿੰਘ ਜੀ ਦੇ ਖਿਲਾਫ਼ ਵੀ ਇਹਨਾਂ ਨੇ ਮੁਕੱਦਮਾ ਦਰਜ ਕਰਵਾਇਆ, ਪਰ ਉਸ ਦੇ ਬਾਵਜੂਦ ਵੀ ਉਹ ਸਾਰੇ ਉੱਥੋਂ ਦੀਆਂ ਅਦਾਲਤਾਂ ਨੇ ਵੀ ਨਿਰਸਤ ਕਰਤੇ ਕਿ ਇਹਨਾਂ ਦੇ ਖਿਲਾਫ਼ ਕੋਈ ਕੇਸ ਨਹੀਂ ਬਣਦਾ, ਇਹ ਸਿੱਖ ਫੋਰ ਜਸਟਿਸ ਝੂਠੀ ਆ, ਔਰ ਇਹਨੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦੀ ਬੜੀ ਕੋਸ਼ਿਸ਼ ਕੀਤੀ। ਫਿਰ ਖੁਦ ਮੁਖਤਾਰੀ ਨੂੰ ਲੈ ਕੇ ਕਾਨਫਰੰਸਾਂ ਕਰਨੀਆਂ ਸ਼ੁਰੂ ਕੀਤੀਆਂ, ਉਹ ਵੀ ਫੇਲ ਹੋ ਗਈਆਂ, ਇਹਨਾਂ ਨੂੰ ਕੋਈ ਸਮਰਥਨ ਨਹੀਂ ਮਿਲਿਆ। ਅਤੇ ਫਿਰ ਇਹਨਾਂ ਨੇ ਉਸ ਤੋਂ ਬਾਅਦ ਆ ਹੁਣ ਕਸ਼ਮੀਰੀ ਜਿਹੜੇ ਸੈਪਰੇਟਿਸਟ ਨੇ ਇਹ ਇਹਨਾਂ ਦੇ ਉੱਥੇ ਜਾ ਰਹੇ ਨੇ, ਔਰ ਦੂਸਰਾ ਉਹ ਪਰਮਜੀਤ ਪੰਮਾ ਜਿਹੜੇ ਆਤੰਕਵਾਦੀ ਨੇ ਨੋਨ, ਔਰ ਉਹ ਲੋਕ ਇਹਨਾਂ ਦੇ ਉਸ 'ਚ ਲੱਗੇ ਹੋਏ ਆ, ਔਰ ਇਹਨਾਂ ਦਾ ਸਰਵਰ ਜਿਹੜਾ ਹੈਗਾ, ਪਹਿਲੀ ਗੱਲ ਤਾਂ ਇਹ ਪੰਨੂ ਸਾਹਿਬ ਗੁਰਸਿੱਖ ਨਹੀਂ ਹੈਗੇ, ਔਰ ਇਹਨਾਂ ਨੂੰ ਸਿੱਖੀ ਨਾਲ ਕੋਈ ਪ੍ਰੇਮ ਨਹੀਂ ਹੈ, ਔਰ ਦੂਜੀ ਗੱਲ ਇਹਨਾਂ ਦਾ ਸਰਵਰ ਜਿਹੜਾ ਉਹ ਕਰਾਚੀ 'ਚ ਆ, ਪਾਕਿਸਤਾਨ ਜਿੱਥੋਂ ਚੱਲ ਰਿਹਾ ਸਾਰਾ। ਪਾਕਿਸਤਾਨ ਦੇ ਰਲੇ ਹੋਣ ਦੇ ਸਾਰੇ ਸਬੂਤ ਜਦ ਹੁਣ ਸਾਹਮਣੇ ਆ ਗਏ ਹੈ ਤੇ ਇਹਨਾਂ ਨੂੰ ਐਂਟੀ ਨੈਸ਼ਨਲ ਕਿਉਂ ਨਾ ਕਹੀਏ? ਕੰਬੋਜ ਸਾਹਿਬ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਜੋ ਗਰੇਵਾਲ ਸਾਹਿਬ ਨੇ ਕਿਹਾ, ਡੂ ਯੂ ਐਗਰੀ ਵਿਦ ਦਾ ਫੈਕਟ? ਹਾਂਜੀ ਗਰੇਵਾਲ ਸਾਹਿਬ, ਮੈਂ ਤੁਹਾਨੂੰ ਦੁਬਾਰਾ ਆਵਾਂਗਾ। ਕੰਬੋਜ ਸਾਹਿਬ, ਡੂ ਯੂ ਐਗਰੀ ਵਿਦ ਦਾ ਫੈਕਟ ਸਿਕਸ ਫੋਰ ਜਸਟਿਸ ਨਹੀਂ ਬਲਕਿ ਇਹ ਇਨਜਸਟਿਸ ਹੈ? ਗਰੇਵਾਲ ਸਾਹਿਬ ਨੇ ਜੋ ਕਿਹਾ ਮੈਂ ਉਹਦੀ ਪੂਰੀ ਤਾਈਦ ਕਰਦਾ, ਔਰ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਰੈਫਰੈਂਡਮ 2020 ਹੈ ਕੀ। ਇੰਗਲੈਂਡ ਦੀ ਟੋਟਲ ਸਿੱਖ ਪਾਪੂਲੇਸ਼ਨ 2011 ਦੇ ਸੈਂਸਸ ਵਿੱਚ 4,20,196 ਸੀ, ਅਤੇ ਜੇ ਪੂਰੇ ਇੰਗਲੈਂਡ ਅਤੇ ਸਕੋਟਲੈਂਡ ਅਤੇ ਵੇਲਸ ਅਤੇ ਸਾਰੀ ਰਲਾ ਲਈ ਹੈ ਨੋਰਦਰਨ ਆਇਰਲੈਂਡ, ਤਾਂ ਟੋਟਲ ਪਾਪੂਲੇਸ਼ਨ 4,32,429 ਬਣਦੀ ਹੈ, ਇਹਦੇ ਵਿੱਚ ਬੱਚੇ ਵੀ ਸ਼ਾਮਿਲ ਨੇ, ਸਭ ਸ਼ਾਮਿਲ ਨੇ।
कि ये लोग उन्हां विचों कल उत्थे किन्ने आउंदे ने कि ये लोग साढ़े इत्थे पंजाब दे पौने 3 करोड़ लोकां बारे फैसला करनगे कि जेड़े बाकी सिख पूरे हिंदुस्तान च रहिंदे ने कि ये लोग जेड़े कुछ लोग उत्थे इकट्ठे होए ने पाकिस्तान दे स्पॉन्सर करके ये साडा फैसला करनगे। पंजाब दे विच जेड़ी पार्टी थोड़ी बहुत डायरेक्टली इनडायरेक्टली इस दी गल करदी है कदे खालिस्तान दा नाम लैंदी है ते कदे नहीं लैंदी कदे पिछे हट जांदी है घुम घुमा के उन्हां नूं 0.3% वोटां पईआं पंजाब विचों तो फिर एक कादा की गल की करदे ने गल की करदे है बंदा है सिर्फ सुखपाल कह रहे ने कि ये गल की करदे है बिल्कुल तुहाडी गल ठीक है कि गल की करदे है की सोच के गल करदे है समझ तो बाहर होंदी जा रही है जिस तरीके दे नाल खालिस्तान प्रोपेगंडा चलाया जा रहा है तुसीं टीवी स्क्रीन ते भी देख रहे हो सारा कुछ अज पाकिस्तान नाल लिंक्ड है पाकिस्तान दे कराची तो एक ही सर्वर तो सिक्स फॉर जस्टिस दी साइट चलती है गुरपतवंत पन्नू दी साइट उत्थों चलती है ये प्रूव हो गया जिस तरीके दे नाल एविडेंस इन द लाइट ऑफ दैट ये सामने आ गए हुण सारा प्रूव हो गया। इस तो बाद भी पीर मुहम्मद साहब कहिंदे कि सारा कुछ ठीक है उन्हूं नाल तुसीं कोलैबोरेट ना करो उन्हूं नाल ना जोड़ो किशनपुरा साहब तुसीं जुड़े हुए हो तुसीं कितना इत्तेफाक रखदे हो इस गल नाल पहला मैं कंबोज साहब नूं ये पुछदा भी ये तो अज की तरीक तो अकाली दल ने तो पहला तो अकाली है ही नहीं सी जदों मैं अकाली नहीं इंडियन हैगा पंजाबी है ए, इंडियन ने गल गल अकाली दल वालों अज नुमाइंदे आए ने अकाली दल नूं हायर कर रहे हैं ना अकाली दल हायर हो रहा ਪਹਿਲਾਂ ਇਹਨਾਂ ਨੂੰ ਇਹ ਪੁੱਛੋ ਕਿ 4 ਅਗਸਤ 1982 ਨੂੰ ਜਿਹੜਾ ਧਾਰਮਿਕ ਮੋਰਚਾ ਲੱਗਿਆ ਸੀ ਅਕਾਲੀ ਦਲ ਨੇ ਜਿਹੜਾ ਮੋਰਚਾ ਲੱਗਿਆ ਸੀ ਤੇ ਉਹਦੇ ਕਾਰਨ ਹੀ ਅੱਜ ਇੱਥੇ ਤੱਕ ਪਹੁੰਚੇ ਹੈ ਨਾ ਬੈਕਫੁੱਟ ਤੇ ਆ ਗਏ ਉਹ ਇਹ ਬੈਕਫੁੱਟ ਤੇ ਆ ਗਏ ਗੱਲ ਤਾਂ ਇੱਥੇ ਖੜੀ ਹੈ 4 ਅਗਸਤ 1982 ਨੂੰ ਜਿਹੜਾ ਧਾਰਮਿਕ ਮੋਰਚਾ ਲੱਗਿਆ ਉਹਦੇ 'ਚ ਫੈਡਰਲ ਢਾਂਚੇ ਦੀ ਗੱਲ ਸੀ ਆਨੰਦਪੁਰ ਸਾਹਿਬ ਦਾ ਮਤਾ ਸੀ ਕੀ ਇਹਨਾਂ ਨੇ ਲੈ ਕੇ ਦਿੱਤਾ ਪ੍ਰਕਾਸ਼ ਸਿੰਘ ਬਾਦਲ ਨੇ ਉਹਦੇ 'ਚ ਜੇਲ੍ਹ ਕੱਟੀ ਹੈ ਮੈਂ ਖੁਦ ਉਹਦੇ 'ਚ ਜੇਲ੍ਹ ਕੱਟੀ ਹੈ ਕਿਉਂਕਿ ਮੈਂ ਬੇਸਿਕਲੀ ਅਕਾਲੀ ਹੈ ਅਸੀਂ ਸਾਰਿਆਂ ਨੇ ਜਿਹੜਾ ਕੱਟੀਆਂ ਹੋਈਆਂ ਤੇ ਇਹ ਤਾਂ ਜਿਹੜੇ ਮੇਰੇ ਵੀਰ ਬੈਠੇ ਨੇ ਇਹ ਤਾਂ ਅਕਾਲੀ ਹੈ ਇੰਨੀ ਅਜੇ ਇਹਨਾਂ ਨੂੰ ਸੋਚਣਾ ਪਊਗਾ ਕਿ ਅਸੀਂ ਅਕਾਲੀ ਦਲ ਚਾਹੀਏ ਕਿ ਨਹੀਂ ਹੈਗੇ ਮੈਂ ਅਕਾਲੀਆਂ ਦੀ ਗੱਲ ਹੀ ਨਹੀਂ ਕਿਸ਼ਨਪੁਰਾ ਸਾਹਿਬ ਆਪਾਂ ਅਕਾਲੀ ਕਾਂਗਰਸ ਦੀ ਹਾਲੇ ਗੱਲ ਨਹੀਂ ਕਰ ਰਹੇ ਬਟ ਦਾ ਪੁਆਇੰਟ ਵਿਚ ਵੀ ਆ ਰਹੇ ਦੇ ਇਸ ਰੇਟ ਸਿਸਟਮ ਤੋਂ ਦੀ ਸਾਜ਼ਿਸ਼ ਤੁਹਾਡੀ ਐਂਡ ਇਟ ਇਜ਼ ਲਿੰਕਡ ਵਿਦ ਪਾਕਿਸਤਾਨ ਤੁਹਾਡੀ ਕੋਈ ਗੱਲ ਕਰ ਰਹੇ ਕੋਈ ਬੇਇਨਸਾਫੀ ਨਹੀਂ ਹੋਈ ਕੋਈ ਬੇਇਨਸਾਫੀ ਨਹੀਂ ਬਾਲੀਆ ਸਾਹਿਬ ਜਿਹੜੀ ਦੇਸ਼ ਦੀ ਗੱਲ ਪਾਕਿਸਤਾਨ ਬਣਾਇਆ ਉਹ ਹਿੰਦੁਸਤਾਨ ਦੇ ਜਿਹੜੇ ਇੱਥੋਂ ਦੇ ਰਹਿਨਮਾ ਸੀ ਕਹਿੰਦੇ ਕਹਾਉਂਦੇ ਮਤਲਬ ਲੀਡਰ ਸੀ ਉਹਨਾਂ ਨੇ ਬਣਾਇਆ ਤੇ ਅੱਜ ਵੀ ਜੋ ਕੁਛ ਕਰ ਰਹੇ ਨੇ ਜੇ ਰੈਫਰੈਂਡਮ ਦੀ ਗੱਲ ਚੱਲਦੀ ਸੀ ਉਹ ਹੋ ਲੈਣ ਦਿੰਦੇ ਨਹੀਂ ਕਿਸ਼ਨਪੁਰਾ ਸਾਹਿਬ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿਸ਼ਨਪੁਰਾ ਸਾਹਿਬ ਇੱਕ ਮਿੰਟ ਮੇਰਾ ਸਵਾਲ ਲੈ ਲਓ ਫਿਰ ਤੁਸੀਂ ਦੱਸਣਾ ਤੁਸੀਂ ਕਿਹਾ ਕਿ ਰੈਫਰੈਂਡਮ ਦੀ ਅਗਰ ਗੱਲ ਚੱਲ ਰਹੀ ਸੀ ਉਹਨੂੰ ਚੱਲ ਲੈਣ ਦਿਓ ਕਿਵੇਂ ਚੱਲ ਲੈਣ ਦਿਓ ਕਿਉਂ ਚੱਲ ਲੈਣ ਦਿਓ ਜੇ ਸਾਡਾ ਪੰਜਾਬ ਆਪਣਾ ਪੰਜਾਬ ਹੈ ਅੱਜ ਬੜੀ ਮੁਸ਼ਕਿਲ ਦੇ ਨਾਲ ਸ਼ਾਂਤੀ ਦੇ ਰਾਹ 'ਤੇ ਆਪਾਂ ਪਏ ਹਾਂ ਆਪਾਂ ਗੱਲ ਨੂੰ ਕਿਉਂ ਚੱਲਣ ਦਈਏ ਪੰਜਾਬ ਚੰਗਾ ਨਹੀਂ ਲੱਗ ਰਿਹਾ ਵਿਚਾਰਧਾਰਾ ਨੇ ਕੀਤਾ ਕਿਸ਼ਨਪੁਰਾ ਸਾਹਿਬ ਤੁਸੀਂ ਇਹ ਦੱਸੋ ਤੁਹਾਨੂੰ ਹੱਸਦਾ ਵੱਸਦਾ ਪੰਜਾਬ ਚੰਗਾ ਨਹੀਂ ਲੱਗ ਰਿਹਾ ਆਪਾਂ ਨੂੰ ਨਜ਼ਰ ਲਾ ਦਈਏ ਇੱਕ ਬਾਹਰ ਬੈਠੇ ਲੋਕ ਜਿਹੜੇ ਨਜ਼ਰਾਂ ਲਾਈ ਜਾ ਰਹੇ ਆਪਾਂ ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਕਹਿ ਰਹੇ ਹੋ ਕਿ ਗੱਲ ਚੱਲ ਲੈਣ ਦੀਜੀ ਤੁਸੀਂ ਵਾਲੀਆ ਸਾਹਿਬ ਗੱਲ ਇਹ ਹੈ ਕਿ ਪੰਜਾਬ 'ਚ ਕਿਹੋ ਜਿਹਾ ਰੌਲਾ ਨਹੀਂ ਹੈਗਾ ਪੰਜਾਬ ਦਾ ਬੰਦਾ ਕੋਈ ISI ਨਾਲ ਰਲਿਆ ਹੋਇਆ ਨਹੀਂ ਹੈਗਾ ਫਿਰ ਇਹਦਾ ਮਤਲਬ ਮੈਨੂੰ ਇਹ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ 1982 'ਚ ISI ਨਾਲ ਰਲਿਆ ਹੋਇਆ ਸੀ ਜਦੋਂ ਫੈਡਰਲ ਢਾਂਚੇ ਦੀ ਗੱਲ ਕਰ ਰਿਹਾ ਸੀ ਜਿਹੜੇ ਬੁੱਤਰਾ ਸਕਾਲੀ ਨੂੰ ਮੈਮੋਰੈਂਡਮ ਦਿੰਦੇ ਰਹੇ ਤੇ ਮੁਦਰਾਲੀ ਨੂੰ ਮੈਮੋਰੈਂਡਮ ਦਿੰਦੇ ਰਹੇ ਆ ਸੰਵਿਧਾਨ ਦੀਆਂ ਕਾਪੀਆਂ ਪਾਰਲੀਮੈਂਟ ਦੇ ਸਾਹਮਣੇ ਸਾੜਦੇ ਰਹੇ ਉਹ ਤਾਂ ਅੱਜ ਦੇਸ਼ ਭਗਤ ਹੋ ਗਏ ਤੇ ਜਿਹੜੇ ਅੱਜ ਕੋਈ ਆਪਣੀ ਅਨਿਆਂ ਦੇ ਵਿਰੁੱਧ ਗੱਲ ਕਰਦੇ ਆ ਜ਼ੁਲਮ ਦੇ ਵਿਰੁੱਧ ਗੱਲ ਕਰਦੇ ਆ ਉਹਨਾਂ ਨੂੰ ਤੁਸੀਂ ਏਜੰਟ ਦੱਸ ਰਹੇ ਹੋ ਫੈਡਰਲ ਢਾਂਚਾ ਤਾਂ ਅੱਜ ਵੀ ਅਕਾਲੀ ਦਲ ਕਹਿੰਦਾ ਕਦੋਂ ਨਹੀਂ ਕਹਿੰਦਾ ਕਰਦਾ ਤਾਂ ਲੈ ਕੇ ਤਾਂ ਦੋ ਗਲਤਾਂ ਕਰੀਏ ਤਾਂ ਇਹ ਗੱਲ ਕਰਦੇ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੋ
ਕੋਲ ਦੇ ਇਲਾਕੇ ਪੰਜਾਬ ਨੂੰ ਲੈ ਕੇ ਦਓਗੇ ਠੀਕ ਹੈ ਓਕੇ ਓਕੇ ਕਿਸ਼ਨਪੁਰਾ ਸਾਹਿਬ ਤੁਹਾਡੀ ਗੱਲ ਸਮਝ ਗਿਆ ਤੁਸੀਂ ਵੀ ਕਰਨੈਲ ਸਿੰਘ ਪੀਰ ਮੁਹੰਮਦ ਜੀ ਦੀ ਗੱਲ 'ਚ ਗੱਲ ਹਾਂ ਮਿਲਾ ਰਹੇ ਹੋ ਮਨਪ੍ਰੀਤ ਸਿੰਘ ਬਣੀ ਕਾਂਗਰਸ ਦੇ ਵੱਲੋਂ ਆਏ ਨੇ ਮਨਪ੍ਰੀਤ ਸਿੰਘ ਬਣੀ ਕੀ ਕਹਿੰਦੇ ਹੋ ਰੈਫਰੈਂਡਮ 2020 ਸਿੱਧੇ ਤੌਰ ਤੇ ਅੱਜ ਪ੍ਰੂਫ ਹੋ ਗਿਆ ਕਿ ISI ਪਾਕਿਸਤਾਨ ਦੀ ਸਾਜ਼ਿਸ਼ ਹੈ ਉਸਦੇ ਬਾਵਜੂਦ ਆਪਣੇ ਹੀ ਪੰਜਾਬ 'ਚ ਕੁਛ ਲੋਕ ਅਜਿਹੇ ਨੇ ਮੈਂ ਗਰਮ ਖਿਆਲੀਆ ਰੈਡੀਕਲਸ ਨਹੀਂ ਕਹਿਣਾ ਚਾਹੁੰਦਾ ਕਿ ਜੋ ਉਹਨਾਂ ਦੀ ਹੈਲਪ ਕਰ ਰਹੇ ਨੇ ਉਸ ਤਰ੍ਹਾਂ ਦੀ ਸੋਚ ਰੱਖ ਰਹੇ ਨੇ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਜੀ ਪੰਜਾਬ ਦਾ ਰੈਫਰੈਂਡਮ 2017 'ਚ ਵੋਟਾਂ ਦੇ ਰਾਹੀਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕਰ ਦਿੱਤਾ ਪਹਿਲੀ ਗੱਲ ਦੂਸਰੀ ਗੱਲ ਆਹ ਜਿਹੜਾ ਰੈਫਰੈਂਡਮ 2020 ਹੈਗਾ ਇਹ ਸੱਚੀ ਮੁੱਚੀ 2020 ਹੋਈ ਹੈ ਇਹਨਾਂ ਕੋਲ 20 ਬੰਦੇ ਉਰੇ ਨੇ ਅਤੇ 20 ਬੰਦੇ ਇੰਗਲੈਂਡ ਅਤੇ ਕੈਨੇਡਾ 'ਚ ਨੇ ਬਿਲਕੁਲ 2020 ਦਾ ਮੈਚ ਹੈ ਸਿਰਫ ਔਰ ਮੈਂ ਤਾਂ ਤੁਹਾਨੂੰ ਵੀ ਇਲਤਜਾ ਕਰੂੰਗਾ ਤੁਹਾਨੂੰ ਮੀਡੀਆ ਵਾਲਿਆਂ ਨੂੰ ਵੀ ਗੁਜ਼ਾਰਿਸ਼ ਕਰੂੰਗਾ ਵੀ ਜਿਹੜੀਆਂ ਗਲਤ ਜਿਹੀਆਂ ਇਸ਼ੂਜ਼ ਨੇ ਜਿਹੜੀਆਂ ਨੌਨਸੈਂਸੀਕਲ ਇਸ਼ੂਜ਼ ਨੇ ਇਹਨਾਂ ਨੂੰ ਤੁਸੀਂ ਵੀ ਕਵਰ ਨਾ ਕਰਿਆ ਕਰੋ ਇਹਨਾਂ ਨੂੰ ਇਗਨੋਰ ਕਰੋਗੇ ਇਹ 2020 ਨੇ 20 ਇੱਥੇ ਨੇ 20 ਉੱਥੇ ਨੇ ਨਹੀਂ ਇਹ 2020 ਦਾ ਮੈਚ ਤਾਂ ਹੁਣ ਕਲੀਅਰ ਹੋ ਹੀ ਜਾਏਗਾ 2020 ਦਾ ਬਣੀ ਜੀ ਗੱਲ ਇਹ ਹੈ ਮਨ ਤੁਹਾਡੀ ਗੱਲ ਠੀਕ ਹੈ 2020 ਦਾ ਮੈਚ ਤਾਂ ਆਪਾਂ ਦੇਖ ਹੀ ਲਵਾਂਗੇ ਕਿਹੜਾ ਇਹਨਾਂ ਨੇ ਖੇਡਣਾ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਉਹ ਵੀ ਸਾਹਮਣੇ ਆ ਜਾਏਗਾ ਪੰਜਾਬ 'ਚ ਬੈਠੇ ਉਹ ਲੋਕ ਜਿਹੜੇ ਉਹਨਾਂ ਦੀ ਹਿਮਾਇਤ ਕਰ ਰਹੇ ਉਹਨਾਂ ਦੇ ਚਿਹਰੇ ਵੀ ਬੇਨਕਾਬ ਹੋ ਜਾਣਗੇ ਵਿਲ ਗੈਟ ਟੂ ਨੋ ਦੋਜ਼ ਫੇਸਿਸ ਐਜ਼ ਵੈਲ ਮੈਂ ਕਹਿ ਰਿਹਾ ਜੀ ਮੈਂ ਬਿਲਕੁਲ ਜਿਹੜੀ ਆ 2020 ਦੀ ਕੱਲ੍ਹ ਨੂੰ ਇਹਨਾਂ ਨੇ ਪਿੱਚ ਵਿਛਾਈ ਹੈ ਨਾ ਉਹ ਤੁਸੀਂ ਐਕਸਪੋਜ਼ ਕਰਕੇ ਤੇ ਉਹਦੇ ਤੇ ਪਹਿਲਾਂ ਹੀ ਪਾਣੀ ਪਾਤਾ ਹੈਗਾ ਇਹ ਕੋਈ ਰੈਫਰੈਂਡਮ ਨਹੀਂ ਹੈਗਾ ਇਹ ਇੱਕ ਮਿੰਟ ਮੈਨੂੰ ਗੱਲ ਪੂਰੀ ਕਰਨ ਦਿਓ ਪੀਰ ਮੁਹੰਮਦ ਜੀ ਗੱਲ ਪੂਰੀ ਕਰ ਲੈਣ ਦਿਆ ਕਰੋ ਗੱਲ ਪੂਰੀ ਕਰ ਲੈਣ ਦਿਓ ਗੱਲ ਪੂਰੀ ਕਰ ਲੈਣ ਦਿਓ ਗੱਲ ਪੂਰੀ ਕਰ ਲੈਣ ਦਿਓ ਲੋ ਵਿੱਚ ਡਿਬੇਟ ਦੇ ਕਾਂਗਰਸ ਦੇ ਬੁਲਾ ਰਹੇ ਨੇ ਡਿਬੇਟ ਦੇ ਵਿੱਚ ਡਿਬੇਟ ਦੀ ਗੱਲ ਕਰਨੀ ਸਿੱਖੋ ਮੈਂ ਨਿਊਟਰਲ ਹੈ ਮੈਂ ਲੋਕਾਂ ਦੇ ਵੱਲੋਂ ਹੈ ਮੈਂ ਲੋਕਾਂ ਦੀ ਭਾਵਨਾਵਾਂ ਦੀ ਗੱਲ ਕਰ ਰਿਹਾ ਜੋ ਸਾਡੇ ਪੰਜਾਬ ਦੇ ਲੋਕ ਚਾਹੁੰਦੇ ਆ ਜੋ ਸਾਡੇ ਇੰਡੀਅਨ ਚਾਹੁੰਦੇ ਆ ਗੁਰੂ ਨਾਨਕ ਦੇ ਸਿੱਖਾਂ ਬਿਲਕੁਲ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਇਤਫਾਕ ਰੱਖਦਾ ਮੈਂ ਤੁਹਾਡੀ ਗੱਲ ਦੇ ਨਾਲ ਇਤਫਾਕ ਰੱਖਦਾ ਕੋਈ ਡਿਨਾਈ ਨਹੀਂ ਕਰ ਰਿਹਾ ਪੀਰ ਮੁਹੰਮਦ ਸਾਹਿਬ ਤੁਹਾਡੀ ਗੱਲ ਨਾਲ ਕੋਈ ਡਿਨਾਈ ਕਰ ਹੀ ਨਹੀਂ ਰਿਹਾ ਕੀ ਗੱਲਾਂ ਕਰਦੇ ਆ ਪੀਰ ਮੁਹੰਮਦ ਸਾਹਿਬ ਤੁਹਾਡੀ ਗੱਲ ਦੇ ਨਾਲ ਇੱਕ ਮਿੰਟ ਗਰੇਵਾਲ ਸਾਹਿਬ ਮੈਨੂੰ ਜਵਾਬ ਦੇਣ ਦਿਓ ਉਹਨਾਂ ਨੇ ਸਵਾਲ ਕੀਤਾ ਪੀਰ ਮੁਹੰਮਦ ਸਾਹਿਬ ਤੁਹਾਡੀ ਗੱਲ ਨਾਲ ਸਾਰੇ ਇਤਫਾਕ ਰੱਖ ਰਹੇ ਤੁਹਾਨੂੰ ਡਿਨਾਈ ਕੋਈ ਕਰ ਹੀ ਨਹੀਂ ਰਿਹਾ ਸਾਰੇ ਰੱਬ ਦੇ ਬੰਦੇ ਜਿਹੜੇ ਤੁਹਾਡੇ ਨਾਲ ਬੈਠੇ ਆ ਬਾਕੀ ਉਹ ਰੱਬ ਦੇ ਬੰਦੇ ਨਹੀਂ ਹੈ ਹਾਂਜੀ ਉਹ ਕ੍ਰਿਮੀਨਲਸ ਨੇ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਕੇ ਜਾਣਾ ਤੁਹਾਡੇ ਸਵਾਲ ਨੂੰ ਅੱਗੇ ਲੈ ਕੇ ਜਾਣਾ ਪੀਰ ਮੁਹੰਮਦ ਸਾਹਿਬ ਤੁਹਾਡੇ ਸਵਾਲ ਨੂੰ ਅੱਗੇ ਲੈ ਕੇ ਜਾਣਾ ਬਾਕੀ ਸਾਰੇ ਤੋਂ ਆਂਸਰ ਲਊਂਗਾ ਤੁਸੀਂ ਕਿਹਾ ਕਿੰਨੀਆਂ ਕੁਰਬਾਨੀਆਂ ਦੇ ਕੇ ਅਸੀਂ ਆਜ਼ਾਦੀ ਲਿੱਤੀ ਤੁਸੀਂ ਇਹ ਗੱਲ ਕਹਿ ਰਹੇ ਹੋ ਤੁਸੀਂ ਆਪਣੀ ਗੱਲ ਤੇ ਸਟੈਂਡ ਰਹਿਣਾ ਜਿਹੜੀ ਤੁਸੀਂ ਆਜ਼ਾਦੀ ਲਿੱਤੀ ਹੈ ਉਹ ਮੁੜ ਤੋਂ ਵਾਪਸ ਦੇਣੀ ਹੈ ਫਿਰ ਗੁਲਾਮ ਹੋਣਾ ਹੈ ਆਪਾਂ ਗੱਲ ਇਹ ਕਰ ਰਹੇ ਹਾਂ ਅਸੀਂ ਗਰੇਵਾਲ ਸਾਹਿਬ ਅਸੀਂ ਇਹੋ ਹੀ ਗੱਲ ਕਹਿ ਰਹੇ ਹਾਂ ਕਿ ਇੱਥੇ ਜਸਟਿਸ ਨਹੀਂ ਹੋਇਆ ਨਿਆਂ ਨਹੀਂ ਹੋ ਰਿਹਾ ਉਸ ਨਿਆਂ ਦੇ ਬਾਰੇ ਬੋਲਣ ਇਹ ਆਪਣੀ ਆਵਾਜ਼ ਦੇ ਇਹਨਾਂ ਦੀ ਮਨਸ਼ਾ ਕੁਛ ਹੋਰ ਆ ਇਹਨਾਂ ਦੇ ਸਿਰਾਂ ਦੇ ਉੱਪਰ ਵੀ ਦਸਤਾਰਾਂ ਨੇ ਇਹਨਾਂ ਨੂੰ ਚੁੱਪ ਕਰਾਓ ਇਹਨਾਂ ਨੂੰ ਚੁੱਪ ਕਰਾਓ ਪਹਿਲਾਂ ਇਕੱਲੇ ਇਹੀ ਸਿੱਖ ਨਹੀਂ ਸਾਨੂੰ ਸਿੱਖੀ ਦਾ ਸਰਟੀਫਿਕੇਟ ਕਿਸੇ ਤੋਂ ਲੈਣ ਦੀ ਜ਼ਰੂਰਤ ਨਹੀਂ ਔਰ ਦੂਜੀ ਗੱਲ ਮੈਂ ਅੱਜ ਕਹਿਣਾ ਜਿਹੜੇ ਰੈਫਰੈਂਡਮ 2020 ਦੇ ਸਮਰਥਕ ਨੇ ਚੰਦ ਲੋਕ ਉਹ ਅੱਜ ਤਾਂ ਅਸੀਂ ਨਨਕਾਣਾ ਸਾਹਿਬ ਅਤੇ ਬਾਕੀ ਵਿਛੜੇ ਗੁਰਧਾਮਾਂ ਦੀ ਅਰਦਾਸ ਕਰਦੇ ਹਾਂ ਉਹ ਫਿਰ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਦੀ ਅਤੇ ਬਾਕੀ ਗੁਰਧਾਮਾਂ ਦੀ ਵੀ ਅਰਦਾਸ ਕਰਾਉਣਗੇ ਔਰ ਪੰਜਾਬ ਦਾ ਸੱਤਿਆਨਾਸ਼ ਕਰਨਾ ਚਾਹੁੰਦੇ ਨੇ ਲੋਕ ਇਸ ਕਰਕੇ ਪੰਜਾਬ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਉਹਦੇ 'ਚ ਵੋਟਾਂ ਪੈਂਦੀਆਂ ਨੇ ਉੱਥੇ ਕਿਉਂ ਨਹੀਂ ਆਉਂਦੇ ਇਹਨਾਂ ਦੀ ਜ਼ਮਾਨਤਾਂ ਜ਼ਬਤ ਹੁੰਦੀਆਂ ਨੇ ਹਰ 2.5 ਸਾਲ ਬਾਦ ਵਿਧਾਨ ਸਭਾ ਤੇ ਲੋਕ ਸਭਾ ਦੇ ਚੁਣਾਵ ਬੰਨੀ ਜੀ ਮੈਂ ਤੁਹਾਡੇ ਕੋਲ ਆਈ ਵਿਲ ਕਮ ਟੂ ਯੂ ਲੈਟ ਗਰੇਵਾਲ ਜੀ ਸਪੀਕ ਇਹ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਦੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਆ ਗੌਰਵ ਜੀ ਇਹਨਾਂ ਨੂੰ ਰੋਕੋ ਬਿਲਕੁਲ ਅਸੀਂ ਇਹ ਰੋਕਣ ਲਈ ਬੈਠੇ ਆ ਉਹੀ ਗੱਲ ਕਹਿ ਰਹੇ ਆ ਕਿ ਸਾਡੇ ਦੇਸ਼ ਦੇ ਖਿਲਾਫ ਕੋਈ ਸਾਜ਼ਿਸ਼ ਰਚੇਗਾ ਅਸੀਂ ਬਰਦਾਸ਼ਤ ਕਿਵੇਂ ਕਰੀਏ ਕਮੋਦ ਸਾਹਿਬ ਪਲੀਜ਼ ਤੁਹਾਡੀ ਵਾਰੀ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਦੇ ਨਾਲ ਕਮ ਟੂ ਮਿਸਟਰ ਬੰਨੀ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਚਾਹੀਦਾ ਬਿਲਕੁਲ ਠੀਕ ਗੱਲ ਹੈ ਤੁਹਾਡੀ ਪਹਿਲਾਂ ਕਿਸ਼ਨਪੁਰਾ ਸਾਹਿਬ ਨੇ ਕਿਹਾ ਜੀ ਮੈਂ ਅਕਾਲੀ ਮੈਂ ਕਹਿਣਾ ਚਾਹੁੰਦਾ ਕਿ ਮੈਂ ਸਾਰੀ ਉਮਰ ਫੌਜ 'ਚ ਕੱਟੀ ਹੈ
71 ਵਾਰ ਦੇ ਵਿੱਚ ਮੈਨੂੰ ਦੋ ਵਾਰੀ ਵੀਰ ਚੱਕਰਾਂ ਲਈ ਵੀ ਰਿਕਮੈਂਡ ਕੀਤਾ ਗਿਆ ਸੀਗਾ। ਮੈਂ ਪਹਿਲਾਂ ਇੰਡੀਅਨ ਹਾਂ, ਮੈਂ ਨਹੀਂ ਚਾਹੁੰਦਾ ਕਿ ਮੇਰਾ ਦੇਸ਼ ਦੇ ਟੋਟੇ ਕਰਨ ਵਾਲੇ ਬੰਦੇ ਪਾਕਿਸਤਾਨੀਆਂ ਦੇ ਹੱਥਾਂ ਵਿੱਚ ਲੋਕੀ। ਬਿਲਕੁਲ ਠੀਕ ਆ, ਤੁਸੀਂ ਬਿਲਕੁਲ ਠੀਕ ਆ, ਅਸੀਂ ਤੁਹਾਡੇ ਨਾਲ ਹੈ, ਬਿਲਕੁਲ ਠੀਕ ਆ ਤੁਸੀਂ। ਇੱਕ ਗੁਰਪ੍ਰੀਤ ਪੰਨੂ ਨੂੰ ਪੁੱਛਿਆ ਕਿ ਤੁਸੀਂ ਪੰਜਾਬ ਕਿੱਥੇ ਬਣਾਉਣਾ, ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਖਾਲਿਸਤਾਨ ਕਿੱਥੇ ਬਣਾਉਣਾ, ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਉਹਨੂੰ ਪੁੱਛਿਆ ਕਿ ਪੰਜਾਬ ਵਿੱਚ ਜਿਹੜੇ ਸਿੱਖਾਂ ਤੋਂ ਬਿਨਾਂ ਲੋਕ ਰਹਿੰਦੇ ਨੇ, ਜਿਹਨਾਂ ਵਿੱਚ ਹਿੰਦੂ ਨੇ, ਰਾਧਾ ਸਵਾਮੀ ਨੇ, ਬਾਲਮੀਕੀ ਨੇ, ਹੋਰ ਸਭ ਨੇ, ਉਹ ਕਿੱਥੇ ਜਾਣਗੇ? ਜਦੋਂ ਉਹਨਾਂ ਨੂੰ ਪੁੱਛਿਆ ਕਿ ਹਿੰਦੁਸਤਾਨ ਦੇ ਵਿੱਚ ਬਾਕੀ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਦੇ ਬਾਰੇ ਤੁਸੀਂ ਕੀ ਸੋਚਿਆ, ਕੋਈ ਜਵਾਬ ਨਹੀਂ। ਅੱਜ ਮੈਂ ਰੌਲਾ ਨਹੀਂ ਪਾਉਂਦਾ, ਮੈਨੂੰ ਇਹਨਾਂ ਨੇ ਦੋਨਾਂ ਨੇ ਰੌਲਾ ਪਾਇਆ, ਕਿਸ਼ਨ ਬੁਰਾ ਸਾਹਿਬ ਨੇ ਤੇ ਇਹਨਾਂ ਨੇ, ਸਿਰਫ ਇਹਨਾਂ ਤੋਂ ਇੱਕ ਲਾਈਨ ਪੁੱਛੋ ਵੀ ਚਾਹੁੰਦੇ ਕੀ ਨੇ। ਮੈਂ ਉਹੀ ਦੱਸਣਾ ਚਾਹੁੰਦਾ, ਇੱਕ ਮਿੰਟ ਤੁਹਾਨੂੰ ਨਹੀਂ, ਇੱਕ ਮਿੰਟ ਜੀ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਪਲੀਜ਼ ਵਿੱਚ ਨਹੀਂ ਬੋਲੋ। ਇਹਨਾਂ ਨੂੰ ਇੱਕ ਸਵਾਲ ਪੁੱਛੋ, ਇਹ ਖਾਲਿਸਤਾਨ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਨੇ? ਐਵੇਂ ਇਧਰ ਉਧਰ ਕੀ ਗੱਲਾਂ ਨਹੀਂ ਕਰਕੇ ਜਿਹੜਾ ਹੈ ਕੰਮ ਸਾਰੀਆਂ ਨੇ ਰੌਲਾ ਪਾਈ ਜਾਂਦੇ ਨੇ। ਠੀਕ ਹੈ, ਇੱਕ ਲਾਈਨ ਮੁਹੰਮਦ ਸਾਹਿਬ ਪੁੱਛੋ, ਆਪਾਂ ਪੁੱਛ ਲੈਨੇ ਆ, ਆਪਾਂ ਪੁੱਛ ਲੈਨੇ ਆ, ਪੀਰ ਮੁਹੰਮਦ ਸਾਹਿਬ ਖਾਲਿਸਤਾਨ ਚਾਹੀਦਾ ਕਿ ਨਹੀਂ ਚਾਹੀਦਾ? ਹਾਂ ਜਾਂ ਨਾ? ਮੈਂ ਵਾਲੀਆ ਸਾਹਿਬ ਇੱਕ ਸਵਾਲ ਬਸ, ਚਾਹੀਦਾ ਚਾਹੀਦਾ, ਠੀਕ ਹੈ ਠੀਕ ਹੈ, ਫਿਰ ਨਹੀਂ ਮਿਲਦਾ, ਠੀਕ ਹੈ, ਇਹਨਾਂ ਨੇ ਮੰਨ ਲਿਆ ਆਪਾਂ ਨੂੰ ਖਾਲਿਸਤਾਨ ਚਾਹੀਦਾ, ਠੀਕ ਹੈ, ਬਣੀ ਜੀ, ਓਕੇ ਓਕੇ, ਨਹੀਂ ਚਾਹੁੰਦਾ, ਬਿਲਕੁਲ ਨਹੀਂ ਖਾਲਿਸਤਾਨ ਬਣ ਸਕਦਾ, ਇਹ ਦੇਸ਼ ਵਿਰੋਧੀ ਨੇ, ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਐਂਟੀ ਨੈਸ਼ਨਲ, ਗਰੇਵਾਲ ਸਾਹਿਬ ਐਂਟੀ ਨੈਸ਼ਨਲ ਕਹਿ ਰਹੇ ਨੇ, ਇਹ ਬਾਹਰੋਂ ਪੈਸੇ ਲੈਂਦੇ ਨੇ, ਪੀਰ ਮੁਹੰਮਦ ਸਾਹਿਬ ਤਾਂ ਖਾਲਿਸਤਾਨ ਦੀ ਗੱਲ ਕਰਦੇ ਆ, ਆਈਐਸਆਈ ਦੇ ਪੈਸੇ ਖਾਂਦੇ ਆ, ਤੁਸੀਂ ਇੱਥੇ ਮਾਫੀਆ ਬਣਾਇਆ ਉਹਨਾਂ ਤੋਂ ਲੈਂਦੇ ਹੋ। ਮਨਪ੍ਰੀਤ ਸਿੰਘ ਬਣੀ ਜੀ, ਮਨਪ੍ਰੀਤ ਸਿੰਘ ਬਣੀ ਜੀ, ਵਾਟ ਵੁੱਡ ਯੂ ਸੇ? ਇੱਕ ਸਵਾਲ ਹੋਰ ਪੁੱਛ ਲੈਣ ਦਿਓ, ਇੱਕ ਸਵਾਲ ਪੁੱਛ ਲੈਣ ਦਿਓ ਵਾਲੀਆ ਸਾਹਿਬ, ਹਾਂਜੀ ਹਾਂਜੀ, ਇੱਕ ਸਵਾਲ ਪੁੱਛ ਲੈਣ, ਜੀ ਜੀ ਜੀ, ਮੈਂ ਸਿਰਫ ਇਹ ਪੁੱਛਣਾ ਕਿ ਜੇ ਖਾਲਿਸਤਾਨ ਚਾਹੁੰਦੇ, 10 ਮਿੰਟ, 1 ਮਿੰਟ, ਓਕੇ ਕੰਬੋਜ ਸਾਹਿਬ, ਪਲੀਜ਼, ਖਾਲਿਸਤਾਨ ਚਾਹੁੰਦੇ ਨੇ ਤਾਂ ਉਹਨਾਂ ਦੀ ਰੂਪ ਰੇਖਾ ਕੀ ਹੈ, ਉਹ ਕਿੱਥੇ ਚਾਹੁੰਦੇ? ਇਹ ਆਪਣੇ ਪ੍ਰਧਾਨ ਸਰਪ੍ਰਸਤ ਸਾਹਿਬ ਨੂੰ ਪੁੱਛੋ, ਬਾਦਲ ਸਾਹਿਬ ਨੂੰ, ਜਿਹੜੇ 25 ਧਾਰਾ ਨੂੰ ਲੂੰਦੇ ਰਹੇ ਨੇ ਪਾਰਲੀਮੈਂਟ ਦੇ ਸਾਹਮਣੇ, ਇਹ ਉਹਨਾਂ ਨੂੰ ਪੁੱਛੋ ਜਿਹੜੇ ਮਰਜੀਵੜੇ ਬਣਾਉਂਦੇ ਰਹੇ ਨੇ, ਜਿਹੜੇ ਬਾਹਾਂ ਖੜੀਆਂ ਕਰਾਉਂਦੇ ਨੇ। ਪੀਰ ਮੁਹੰਮਦ ਸਾਹਿਬ, ਤੁਸੀਂ ਅੱਜ ਵੀ ਬਾਦਲ ਸਾਹਿਬ ਨੂੰ ਆਪਣੇ ਦੇ ਵਿੱਚ ਰਲਿਆ ਹੋਇਆ ਪਾ ਰਹੇ ਹੋ, ਤੁਸੀਂ ਦੱਸੋ, ਬਾਦਲ ਸਾਹਿਬ ਨੇ ਨਾਰਾ ਦਿੱਤਾ ਸੀ ਤੇ ਤੁਸੀਂ ਉਹਨਾਂ ਨੇ ਛੱਡਤਾ, ਤੁਸੀਂ ਲੈ ਕੇ ਬੈਠੇ ਹੋ। ਬਾਦਲ ਸਾਹਿਬ ਨੇ ਕਿਹਾ ਸੀ ਭਾਰਤੀ ਫੌਜ ਦੇ ਵਿੱਚੋਂ, ਉਹਨਾਂ ਨੇ ਛੱਡਤਾ, ਤੁਸੀਂ ਫੜ ਕੇ ਬੈਠੇ ਹੋ। ਸਾਹਿਬ ਨੇ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਮੇਰੀ ਗੱਲ ਸੁਣੋ, ਜੇ ਕੋਈ ਇਹ ਟੋਟਲ ਝੂਠ ਹੈ, ਉਹਨਾਂ ਨੇ ਕੋਈ ਚੰਗੀ ਗੱਲ ਕੀਤੀ ਹੈ? ਬਾਦਲ ਸਾਹਿਬ ਨੇ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਆਪਣੇ ਸਟੈਂਡ ਤੇ ਆਉਣਾ ਚਾਹੀਦਾ ਦੁਬਾਰਾ। ਬਾਦਲ ਸਾਹਿਬ ਨੇ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਟੋਟਲ ਝੂਠ। ਉਹਨਾਂ ਨੇ ਭਾਰਤੀ ਫੌਜ ਦੇ ਵਿੱਚੋਂ ਸਿੱਖਾਂ ਨੂੰ ਕਿਹਾ ਸੀ ਕਿ ਸਿੱਖ ਫੌਜੀਓ ਬਗਾਵਤ ਕਰਦੇ ਹੋ, ਬਗਾਵਤ ਕਰਕੇ ਬਾਹਰ ਆ ਗਏ, ਅੱਜ ਵੀ ਉਹ ਧਰਮੀ ਫੌਜੀ। ਬਿਲਕੁਲ ਨਹੀਂ ਕਿਹਾ ਤੁਹਾਨੂੰ, ਤੁਸੀਂ ਆਹ ਨਵੇਂ ਅਕਾਲੀ ਬਣੇ ਹੋ, ਨਵੇਂ ਨਵੇਂ ਅਕਾਲੀ। ਚਲੋ ਠੀਕ ਹੈ, ਓਕੇ ਓਕੇ, ਆਪਾਂ ਜਾਣ ਲਾਂਗੇ, ਪੱਖ ਜਾਣ ਲਾਂਗੇ, ਮਨਪ੍ਰੀਤ ਸਿੰਘ ਬਣੀ, ਓਕੇ, ਕਿਸ਼ਨਪੁਰਾ ਸਾਹਿਬ, ਮਨਪ੍ਰੀਤ ਸਿੰਘ ਬਣੀ ਵਾਂਟਸ ਟੂ ਸੇ ਸਮਥਿੰਗ, ਮਨਪ੍ਰੀਤ ਸਿੰਘ ਬਣੀ ਕੀ ਕਹੋਗੇ? ਹੀ ਵਾਂਟਸ ਖਾਲਿਸਤਾਨ, ਮਨਪ੍ਰੀਤ, ਕਿਸ਼ਨਪੁਰਾ ਜੀ ਇੱਕ ਮਿੰਟ, ਕਿਸ਼ਨਪੁਰਾ ਜੀ ਇੱਕ ਮਿੰਟ, ਕਿਸ਼ਨਪੁਰਾ ਜੀ ਇੱਕ ਮਿੰਟ, ਆਪਾਂ ਉਹਨਾਂ ਵਾਰੀ ਤੁਹਾਡੇ ਕੋਲ ਆਉਂਦੇ, ਉਸ ਤੋਂ ਬਾਅਦ ਮੈਂ ਗੌਰਵ ਜੀ, ਇਹ ਹੀ ਵਾਂਟ ਸਮਥਿੰਗ, ਹੀ ਡਸਨਟ ਵਾਂਟ ਸਮਥਿੰਗ ਇਜ਼ ਨਾਟ ਐਨ ਇਸ਼ੂ, ਇਹ ਇਰਰੇਲੇਵੈਂਟ ਲੋਕ ਨੇ, 20 ਬੰਦੇ ਇੱਧਰ ਨੇ, 20 ਉੱਥੇ ਨੇ, ਲੋਕੀ ਪੰਜਾਬ, ਪੰਜਾਬ ਦੇ ਵਿੱਚ 2.5-3 ਕਰੋੜ ਜਿਹੜੀ ਪਾਪੂਲੇਸ਼ਨ ਹੈਗੀ ਹੈ ਉਹ ਵੋਟਾਂ ਪਾਉਂਦੀ ਹੈ ਹਰ ਸਾਲ, ਹਰ 5 ਸਾਲ ਬਾਅਦ ਉਹ ਲੋਕ ਆਪਣੀ, ਉਹ ਚੁਣਦੇ ਨੇ ਆਪਣੀ ਨੁਮਾਇੰਦੀ ਸਰਕਾਰ ਨੂੰ, ਔਰ ਉਹ ਲੋਕ ਮੂਰਖ ਨੇ, ਇਹੀ ਇਕੱਲੇ 20 ਬੰਦੇ ਸਿਆਣੇ ਨੇ, ਇਹੀ ਇਕੱਲੇ, ਠੀਕ ਗੱਲ ਹੈ, ਔਰ ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਗੱਲ ਹੈ, ਬੰਦੇ ਤਾਂ ਗੱਲ ਕਰਦੇ ਆਂ, ਬੰਦਿਆਂ ਤਾਂ ਯਾਰ, ਇਹ ਸਿਖਾਓ ਉਹਨੂੰ, ਤੁਸੀਂ ਜਿਵੇਂ ਓਏ ਦਾ ਕੀ ਮਤਲਬ ਹੈ, ਆਪਾਂ ਰਿਸਪੈਕਟ ਨਾਲ ਗੱਲ ਕਰੀਏ, ਮਨਪ੍ਰੀਤ ਸਿੰਘ ਬਣੀ ਜੀ, ਮਨਪ੍ਰੀਤ ਸਿੰਘ ਬਣੀ ਜੀ, ਓਕੇ ਓਕੇ, ਕਾਇੰਡਲੀ ਹੋਲਡ ਔਨ, ਆਪਾਂ ਮੇਰੀ ਗੱਲ ਸੁਣ ਲਓ, ਇੱਕ ਮਿੰਟ ਮੇਰੀ ਗੱਲ ਸੁਣ ਲਓ, ਆਪਾਂ ਇੱਕ ਦੂਸਰੇ ਦੇ ਨਾਲ ਪਿਆਰ ਨਾਲ ਗੱਲ ਕਰੀਏ, ਆਪਾਂ ਆਪਣੇ ਮੁੱਦੇ ਦੀ ਗੱਲ ਕਰੀਏ, ਪਲੀਜ਼, ਆਪਾਂ ਇੱਕ ਦੂਸਰੇ ਨੂੰ ਰਿਸਪੈਕਟ ਨਾਲ ਗੱਲ ਕਰੀਏ, ਜੋ ਆਪਾਂ ਗੱਲ ਕਰ ਰਹੇ ਹਾਂ ਆਪਾਂ ਮੁੱਦੇ ਦੀ ਗੱਲ ਕਰੀਏ, ਤੇ ਜਦੋਂ ਜਿਹਨੂੰ ਕਿਹਾ ਜਾਵੇ ਉਹੀ ਬੋਲੇ, ਪਲੀਜ਼, ਪੀਰ ਮੁਹੰਮਦ ਜੀ, ਓਕੇ ਓਕੇ, ਹੀ ਵਿਲ ਡੈਫੀਨੇਟਲੀ ਗਿਵ ਯੂ ਰਿਸਪੈਕਟ, ਪੀਰ ਮੁਹੰਮਦ ਜੀ, ਹੀ ਵਿਲ ਗਿਵ ਯੂ ਰਿਸਪੈਕਟ।
जो जो बोल रहे हैं बोलन दो, उस तो बाद दूसरे का रिएक्शन आप लवेंगे। सारे बैठे हो, अपने को काफी टाइम है, लेट मिस्टर बनी स्पीक, उस तो बाद तो अपना पॉइंट रख लेना। आप बैठे इस करके हैं, जो बिल्कुल ठीक है, तुसी गल करो, गल करन ले ही तानू सद्या गया है, प्लीज तुसी गल करो। गौरव जी, गौरव जी, सज्जन कुमार कमलनाथ वर्गे उन्हां दी गल कर रहे हैं। बनी जी, ओके 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 ओके, लेटर जी, लेटर जी, आज दा मुद्दा खराब करना चाहते हैं, जान के ये गल नहीं होने देना चाहते मुद्दे ते। ਤੁਸੀਂ ਫੋਕਸ ਤੋਂ ਨਾ ਹਟਾਓ ਪੀਰ ਮੁਹੰਮਦ ਜੀ, ਲੈਟ ਮਿਸਟਰ ਬਨੀ ਸੀ, ਦੇਖੋ ਤੁਸੀਂ ਸਾਰਾ ਟਾਈਮ ਆਪਾਂ ਖਰਾਬ ਨਾ ਕਰੀਏ, ਲੈਟ ਮਿਸਟਰ ਬਨੀ ਸੇ ਵਟ ਐਵਰ ਹੀ ਵਾਂਟਸ ਟੂ ਸੇ, ਉਸ ਤੋਂ ਬਾਅਦ ਤੁਸੀਂ ਆਪਣਾ ਪੁਆਇੰਟ ਰੱਖਣਾ, ਠੀਕ ਹੈ। ਬਨੀ ਜੀ ਦੱਸੋ ਕੀ ਕਹਿਣਾ ਚਾਹ ਰਹੇ ਹੋ। ਬਿਲਕੁਲ ਗੌਰਵ ਜੀ, ਮੈਂ ਇਹ ਕਹਿ ਰਿਹਾ ਇਹ 20 ਬੰਦੇ ਇੱਥੇ ਨੇ ਤੇ 20 ਬੰਦੇ ਉੱਥੇ ਨੇ, ਸਾਰਾ ਪੰਜਾਬ ਮੂਰਖ ਨਹੀਂ ਹੈਗਾ ਜਿਹੜੀਆਂ ਵੋਟਾਂ ਪਾਉਂਦਾ ਹੈ, ਹਰ ਵਾਰ ਸਰਕਾਰ ਬਣਾਉਂਦਾ ਹੈ, ਸਰਕਾਰ ਦੀ ਸਰਕਾਰ ਦੇ ਵਿੱਚ ਜ਼ਿੰਮੇਵਾਰ ਬੰਦਿਆਂ ਨੂੰ ਸਰਕਾਰ ਦੀ ਜਗ੍ਹਾ ਤੇ ਬਿਠਾਉਂਦਾ ਹੈ। ਰਾਈਟ, ਇਹ 20 ਬੰਦੇ ਨੇ ਜਿਹੜੇ ਕੌਮ ਨੂੰ, ਪੰਜਾਬੀ ਸੂਬੇ ਨੂੰ, ਹਰ ਇੱਕ ਨੂੰ ਪਿਛਲੇ 20-25 ਸਾਲ ਹੋ ਗਏ ਇਹੀ ਗੁੰਮਰਾਹ ਕਰਦੇ ਆ ਰਹੇ ਨੇ ਵੀ ਸਾਡੇ ਨਾਲ ਇੰਜਸਟਿਸ ਹੋ ਰਿਹਾ, ਇੰਜਸਟਿਸ ਹੋ ਰਿਹਾ। ਜੇ ਇੰਜਸਟਿਸ ਹੋ ਰਿਹਾ, ਤੁਸੀਂ ਸਰਕਾਰੀ ਢਾਂਚੇ ਦੇ ਵਿੱਚ ਵੜੋ, ਇਲੈਕਸ਼ਨ ਲੜੋ, ACPC ਦੀ ਇਲੈਕਸ਼ਨ ਲੜੋ। ਜੇ ਤੁਸੀਂ ਐਡੇ ਹੀ ਵੱਡੇ ਸਿੱਖ ਹੋ ਜਿਹੜਾ ਤੁਸੀਂ ਲੋਕਾਂ ਨੂੰ ਸਰਟੀਫਿਕੇਟ ਵੰਡਦੇ ਫਿਰਦੇ ਨੇ, ਤੁਸੀਂ ACPC ਦੀ ਇਲੈਕਸ਼ਨ ਲੜੋ, MLA ਦੀ ਇਲੈਕਸ਼ਨ ਲੜੋ। ਸਿਰਫ 20 ਬੰਦੇ ਅਮਰੀਕਾ, ਇੰਗਲੈਂਡ ਤੇ ਕੈਨੇਡਾ ਦੇ ਵਿੱਚ ਗੁੰਮਰਾਹ ਕੀਤੇ ਹੋਏ ਨੇ, ਇਹ ਉੱਥੇ ਜਾਂਦੇ ਨੇ, ਡਾਲਰ ਭਰ ਲਿਆਉਂਦੇ ਨੇ, ਉਹ ਲਿਆ ਕੇ ਉਰੇ ਲੋਕਾਂ ਦੇ ਲਾ ਕੇ ਲੋਕਾਂ ਨੂੰ ਉੱਥੇ ਵੇਚ ਆਉਂਦੇ ਨੇ। ਹੋਰ ਕੋਈ ਮਤਲਬ ਨਹੀਂ, ਠੀਕ ਹੈ, ਓਕੇ ਓਕੇ। ਸਰਕਾਰ ਐਡੀ ਮਾੜੀ ਹੈ, ਓਕੇ, ਯੂ ਮੇਡ ਯਰ ਪੁਆਇੰਟ, ਓਕੇ ਸਰ। ਇਲੈਕਸ਼ਨ ਲੜਨ, ਰਾਈਟ 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 ਰਾਈਟ, ਇਲੈਕਸ਼ਨ ਲੜ ਕੇ ਓਕੇ ਓਕੇ। ਮਿਸਟਰ ਬਨੀ, ਇਟ ਇਜ਼ ਓਕੇ, ਯੂ ਮੇਡ ਯਰ ਪੁਆਇੰਟ ਕਲੀਅਰ, ਯੂ ਮੇਡ ਯਰ ਪੁਆਇੰਟ ਕਲੀਅਰ। ਦੇਖੋ ਵਧੀਆ ਜੀ, ਕਿਸ਼ਨ ਬੋਰਾ ਜੀ ਤੁਸੀਂ ਦੱਸੋ, ਓਕੇ, ਕਮਿਟਮੈਂਟ ਕੀਤੀ ਸੀ, ਹੁਣ ਮੈਨੂੰ ਮੇਰੀ ਗੱਲ ਪੂਰੀ ਹੋ ਲੈਂਦੇ ਹੋ। ਰੋਪੜ ਦੀ ਬਲਾਕ ਸਮਿਤੀ ਦਾ ਚੇਅਰਮੈਨ ਬਣਿਆ, ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਿਆ, ਤੇ ਮੈਂ ਇਲੈਕਸ਼ਨ ਲੜ ਕੇ ਆਇਆ ਹੋਇਆ। ਇਹ ਮੇਰੇ ਨਾਲ ਗੱਲ ਕਰਨ ਵਿੱਚ ਕਦੇ ਸਰਕਾਰ ਚ ਨਹੀਂ ਆਏ। ਇੱਕ ਮਿੰਟ, ਇੱਕ ਗੱਲ, ਇਹ ਮੈਂ ਇੱਕ ਗੱਲ ਕਰਦਾ, ਜੇ ਕਿਹੜੀ ਇਹ ਗੱਲ ਕਰਦੇ ਨੇ ਸਰਕਾਰ ਲੜ ਕੇ ਆਏ ਨੇ ਕਿ PDP ਨੇ ਸਰਕਾਰ ਨਹੀਂ ਸੀ ਲੜ ਕੇ ਆਈ, ਹੁਣ ਮੋਤੀ ਮੁਹੰਮਦ ਜਿਹੜੀ ਮਤਲਬ ਮੋਤੀ ਮਹਿਬੂਬਾ CM ਨਹੀਂ ਸੀ ਹੈਗੀ, ਉਹਨੂੰ ਕਿਉਂ ਇਹਨਾਂ ਨੇ ਉਹਦੀ ਸਰਕਾਰ ਤੋੜ ਦਿੱਤੀ? ਕਿਸ਼ਨਪੁਰਾ ਜੀ, ਕਸ਼ਮੀਰ ਦਾ ਮੁੱਦਾ ਕਸ਼ਮੀਰ ਚ ਹੀ ਰਹਿਣ ਦੋ, ਆਪਾਂ ਪੰਜਾਬੀ ਹੈ, ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬ ਪੁਆਇੰਟ ਚ ਬੈਠੇ ਹਾਂ। ਜਦੋਂ ਪੰਜਾਬ ਦਾ ਮੁੱਦਾ ਹੁੰਦਾ ਹੈ, ਜਦੋਂ ਪੰਜਾਬ ਪੁਆਇੰਟ ਤੇ ਬੈਠੇ 1985 ਚ ਸਰਜੀਤ ਸਿੰਘ ਬਰਨਾਲੇ ਦੀ ਸਰਕਾਰ ਆਈ ਤੇ 1987 ਚ ਉਹ ਕਿਉਂ ਤੋੜ ਦਿੱਤੀ ਗਈ? ਉਹਨੂੰ ਚੱਲਣ ਦਿੰਦੇ? ਇਹਦਾ ਕੀ ਮਤਲਬ ਹੈ? ਚਲੋ ਠੀਕ ਹੋ ਗਿਆ, ਇਹਨਾਂ ਨੇ ਆਪਣਾ ਪੁਆਇੰਟ ਰੱਖ ਲਿਆ, ਠੀਕ ਹੈ ਬਣੀ ਜੀ, ਲੈਟ ਇਟ ਸਪੀਕ, ਲੈਟ ਇਟ ਸਪੀਕ, ਪੰਜਾਬ ਦੇ ਲੋਕਾਂ ਨੂੰ ਕੀ ਦੱਸਣਾ ਚਾਹੁੰਦੇ? ਕਰਨੈਲ ਸਿੰਘ ਪੀਰ ਮੁਹੰਮਦ ਜੀ, ਠੀਕ ਹੈ, ਕਰਨੈਲ ਸਿੰਘ ਪੀਰ ਮੁਹੰਮਦ ਜੀ ਦਾ ਕੁਐਸਚਨ ਮਿਸਟਰ ਬਨੀ ਆਸ, ਮੈਂ ਗਰੇਵਾਲ ਸਾਹਿਬ ਆਨਾ, ਆਪਾਂ ਪੀਰ ਮੁਹੰਮਦ ਜੀ ਨੂੰ ਟਾਈਮ ਦੇਣਾ। ਪੀਰ ਮੁਹੰਮਦ ਜੀ ਖਾਲਿਸਤਾਨ ਚਾਹੁੰਦੇ ਨੇ, ਪੀਰ ਮੁਹੰਮਦ ਜੀ ਜੋ ਮਿਸਟਰ ਬਨੀ ਵੀ ਕਹਿ ਰਹੇ ਨੇ, ਜਿਹੜਾ ਆਪਣੇ ਦੇਸ਼ ਦਾ ਇਲੈਕਟੋਰਲ ਸਿਸਟਮ ਹੈ, ਡੈਮੋਕ੍ਰੈਟਿਕ ਪ੍ਰੋਸੈਸ ਹੈ, ਆਪਾਂ ਉਹਨੂੰ ਫੋਲੋ ਕਰਕੇ ਤਰੀਕੇ ਦੇ ਨਾਲ ਜੋ ਤੁਹਾਡੀ ਡਿਮਾਂਡਸ ਹੈ ਉਹ ਤੁਸੀਂ ਰੱਖ ਸਕਦੇ ਹੋ। ਇਸ ਨੂੰ ਫੋਲੋ ਕਰਨ ਦੀ ਬਜਾਏ ਆਪਾਂ ਦੂਸਰੇ ਰਸਤੇ 'ਤੇ ਜਾਈਏ, ਆਪਣੀ ਕੌਮ ਨੂੰ ਗੁੰਮਰਾਹ ਕਰੀਏ। ਇਹ ਤੁਹਾਨੂੰ ਲੱਗਦਾ ਕਿ ਇਹ ਠੀਕ ਹੈ? ਤੁਹਾਨੂੰ ਲੱਗਦਾ ਕਿ ਇਹ ਠੀਕ ਹੈ?
ਬੜੇ ਹੀ ਅਦਬ ਸਤਿਕਾਰ ਨਾਲ ਤੁਹਾਨੂੰ ਜਵਾਬ ਦੇਣਾ ਚਾਹਾਂਗਾ। ਪਲੀਜ਼ ਸਵਾਲ ਤਾਂ ਤੁਸੀਂ ਕਰ ਦਿੱਤਾ, ਜਵਾਬ ਸੁਣ ਲਓ। ਬਿਲਕੁਲ, ਇਹ ਇਲੈਕਸ਼ਨ ਦੀ ਗੱਲ ਕਰਦੇ ਨੇ, ਮੇਰੀ ਗੱਲ ਸੁਣ ਲਓ, ਗੱਲ ਪੂਰੀ ਹੋ ਲੈਂਦੇ ਹੋ ਤਾਂ ਹੀ ਮੌਕਾ ਦਿਓਗੇ। ਬਿਲਕੁਲ ਬਿਲਕੁਲ, ਤੁਸੀਂ ਦੱਸੋ ਦੱਸੋ ਦੱਸੋ। ਵਾਰ-ਵਾਰ ਬਣੀ ਜੀ ਨੇ ਕਿਹਾ ਹੈ ਕਿ ਤੁਸੀਂ ਇਲੈਕਸ਼ਨ ਦੀ ਗੱਲ ਕਰੋ। ਇਲੈਕਸ਼ਨ 1999 ਦੇ ਚ ਅਸੀਂ ਲੜਿਆ, ਸਾਡੇ ਬੰਦੇ ਜੇਲ੍ਹਾਂ ਦੇ ਵਿੱਚ ਬੰਦ ਸਨ, ਮਾਨ ਸਾਹਿਬ ਬਾਕੀ ਸਾਰੇ, ਔਰ ਉਹਨਾਂ ਨੂੰ ਇਹਨਾਂ ਕਾਂਗਰਸ ਦੀ, ਅਕਾਲੀ ਦਲ ਦੀ, ਬੀਜੇਪੀ ਦੀ, ABC ਸਾਰਿਆਂ ਦੀਆਂ ਜਮਾਨਤਾਂ ਜ਼ਬਤ ਹੋਈਆਂ, ਸਾਡੇ ਮੈਂਬਰ ਪਾਰਲੀਮੈਂਟ ਬਣੇ। 1992 ਦੇ ਵਿੱਚ ਅਸੀਂ ਇਲੈਕਸ਼ਨ ਬਾਈਕਾਟ ਕੀਤਾ, 86% ਤੋਂ 93% ਤੱਕ ਬਾਈਕਾਟ ਸਫਲ ਹੋਇਆ ਸਾਡੀ ਜੋ ਆਵਾਜ਼ ਦੇ ਉੱਤੇ। ਔਰ ਇਹ ਜਿਹੜੇ 7% ਦੇ ਨਾਲ ਇਹਨਾਂ ਨੇ ਸਰਕਾਰ ਬਣਾਈ ਬੇਅੰਤ ਸਿੰਘ ਦੀ। 1991 ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਲੈਕਸ਼ਨ ਲੜ ਰਹੀ ਸੀ, 12 ਵਜੇ ਰਾਤ TN ਸੈਸ਼ਨ ਦੇ ਕੋਲੋਂ, ਚੋਣ ਕਮਿਸ਼ਨਰ ਦੇ ਕੋਲੋਂ ਇਹਨਾਂ ਨੇ ਇਲੈਕਸ਼ਨ ਕੈਂਸਲ ਕਰਾਇਆ, ਜਦੋਂ ਲੋਕਾਂ ਦੇ ਘਰਾਂ ਦੇ ਵਿੱਚ ਬੈਲਟ ਬਾਕਸ ਪਹੁੰਚ ਚੁੱਕੇ ਸੀ। 3 ਟਾਈਮ ਇਹਨਾਂ ਨੂੰ ਇਲੈਕਸ਼ਨ ਲੜ ਕੇ ਵੀ ਦਿਖਾਏ ਆ। ਮੇਨ ਗੱਲ ਕੀ ਹੈਗੀ ਏ, ਅੱਜ ਗੱਲ ਇਹ ਹੈਗੀ ਏ, ਆਪਾਂ ਇਹ ਗੱਲ ਕਹਿੰਦੇ ਹਾਂ ਕਿ ਵੀ ਉੱਧਰ ਵੀ ਇੱਧਰ, ਮੈਂ ਇਹਨਾਂ ਦੀ ਮੰਨ ਲਈ ਨਾ ਗੱਲ, ਬਿਲਕੁਲ ਮੈਂ ਇਹਦੇ ਨਾਲ ਸੁਭਾਗ ਰੱਖਦਾ ਕਿ ਉਹ ਬਿਲਕੁਲ ਜ਼ੀਰੋ ਮੈਨਸ ਨੇ। ਇਹ ਤਾਂ 20 ਕਹਿੰਦੇ, ਮੈਂ ਕਹਿੰਦਾ ਕਿ 2-4 ਹੋਣਗੇ, ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਲੋਕ ਇੱਥੇ ਇਹ ਸਾਰੇ ਸਿੱਖ ਘਰਾਣਿਆਂ ਨਾਲ ਜੰਮੇ ਨੇ, ਆ ਇੱਧਰ ਗਰੇਵਾਲ ਸਾਹਿਬ ਬੈਠੇ ਆ, ਕੰਬੋਜ ਸਾਹਿਬ ਬੈਠੇ ਆ, ਬਨੀ ਜੀ ਬੈਠੇ ਆ, ਕਿਸ਼ਨਪੁਰਾ ਸਾਹਿਬ ਬੈਠੇ ਆ, ਅਸੀਂ ਸਾਰੇ ਸਿੱਖ ਘਰਾਣਿਆਂ ਨਾਲ ਸੰਬੰਧਿਤ ਹਾਂ। 1984 ਦੇ ਵਿੱਚ ਜਿਹੜਾ ਐਡਾ ਵੱਡਾ ਕਤਲੇਆਮ ਹੋਇਆ, 34 ਸਾਲ ਹੋ ਗਏ ਨੇ ਸਾਨੂੰ ਲੜਾਈ ਲੜਦਿਆਂ ਨੂੰ, ਅਸੀਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਗਏ ਹਾਂ, ਅਸੀਂ ਉਸ ਦੇ ਵਿੱਚ ਅੱਜ ਤੱਕ ਇਨਸਾਫ ਨਹੀਂ ਲੈ ਸਕੇ। ਕਾਨੂੰਨ ਜਦੋਂ ਏਕੇ, ਇਹ ਉਹਦੇ ਉੱਤੇ ਜਿਹੜੇ ਕਾਤਲ ਨੇ। ਠੀਕ ਹੈ, ਓਕੇ, ਤੁਹਾਡੀ ਗੱਲ ਹੋ ਗਈ, ਮੇਰਾ ਸਵਾਲ ਤੁਹਾਨੂੰ ਹੀ ਹੈ, ਮੇਰਾ ਸਵਾਲ ਤੁਹਾਨੂੰ ਹੀ ਹੈ ਪੀਰ ਮੁਹੰਮਦ ਜੀ। ਇੱਕ ਗੱਲ ਕਰਕੇ ਮੈਂ ਖਤਮ ਕਰ ਦਿਆਂ, ਹਾਂਜੀ, ਅਗਲੀ ਗੱਲ ਮੈਂ ਕਰਕੇ ਖਤਮ ਕਰ ਦਿਆਂਗਾ, ਮੈਂ ਗੱਲ ਕਰਦਾ। ਅੱਜ ਇਹਨਾਂ ਦੇ ਨਾਲ ਹਾਂ ਨਾਲ ਹਾਂ ਜਿਹੜੇ ਸਭ ਤੋਂ ਖਾਲਿਸਤਾਨ ਦੇ ਪਤਾਮਾ ਨੇ ਸਰਦਾਰ ਸਿਮਰਜੀਤ ਸਿੰਘ ਮਾਨ, ਉਹ ਵੀ ਕਹਿ ਰਹੇ ਨੇ ਕਿ ਰੈਫਰੈਂਡਮ ਨਹੀਂ ਹੋ ਸਕਦਾ, ਅਸੀਂ ਉਹਨਾਂ ਦੀ ਗੱਲ ਨਾਲ ਵੀ ਸਹਿਮਤ ਹਾਂ। ਉਹਨਾਂ ਦੇ ਨਾਲ ਹੀ ਬਹਿ ਕੇ ਗੱਲ ਕਰ ਲੈਣ, ਉਹਨਾਂ ਨੂੰ ਵੀ ਕਹਿੰਦੇ ਆ ਕਿ ਮੁੱਠੀ ਭਰ ਨੇ, ਉਹ ਤਾਂ ਰੋਜ਼ ਖਾਲਿਸਤਾਨ ਦਾ ਨਾਰਾ ਲਾਉਂਦੇ ਨੇ, ਉਹ ਰੋਜ਼ ਕਹਿੰਦੇ ਨੇ, ਤੁਹਾਡੇ TV ਚੈਨਲ ਦੇ ਉੱਪਰ ਆਣ ਕੇ ਕਹਿ ਕੇ ਜਾਂਦੇ ਨੇ ਕਿ ਖਾਲਿਸਤਾਨ, ਮੈਂ ਕਹਿ ਰਿਹਾ ਉਹਨਾਂ ਦੇ ਨਾਲ ਕਦੀ ਟੇਬਲ ਟਾਕ ਕੀਤੀ ਹੈ, ਉਹਨਾਂ ਨੂੰ ਵੀ ਕਹਿੰਦੇ ਮੁੱਠੀ ਭਰ। ਇਹ ਹੀ ਸਾਰੇ ਬਹੁ ਗਿਣਤੀ ਹੋ ਗਈ ਤੇ ਬਹੁ ਗਿਣਤੀ ਅੱਜ ਕਹਿ ਰਹੀ ਹੈ ਹਿੰਦੂ, ਹਿੰਦੀ ਤੇ ਹਿੰਦੁਸਤਾਨ। ਠੀਕ ਹੈ, ਹੋ ਗਿਆ, ਠੀਕ ਹੈ, ਓਕੇ, ਮੇਰੇ ਛੋਟੇ ਛੋਟੇ ਕਲੀਅਰ ਕੱਟ ਸਵਾਲ ਤੁਹਾਨੂੰ ਹੈ, ਠੀਕ ਹੈ, ਠੀਕ ਹੈ, ਬਨੀ ਜੀ ਆਈ ਵਿਲ ਕਮ ਟੂ ਯੂ, ਬਨੀ ਜੀ ਵੇਟ ਵੇਟ ਵੇਟ। ਆਪਣਾ ਪੀਰ ਮੁਹੰਮਦ ਸਾਹਿਬ, ਤੁਸੀਂ ਤੁਹਾਡੇ ਜਿਹੜੇ ਜਵਾਬ ਸੀ ਉਹਨਾਂ 'ਚ ਦੋ ਸਵਾਲ ਨਿਕਲ ਰਹੇ ਆ। ਤੁਸੀਂ ਕਿਹਾ ਕਿ ਚਲੋ ਤੁਸੀਂ ਬਨੀ ਜੀ ਦੀ ਗੱਲ ਇਤਫਾਕ ਰੱਖ ਲਿਆ ਕਿ 20 ਉੱਧਰ ਹੈ, 20 ਕਿੱਧਰ ਹੈਗੇ, ਜ਼ਿਆਦਾ ਨਹੀਂ ਹੈ, ਚਲੋ ਤੁਸੀਂ ਇਹ ਤਾਂ ਮੰਨ ਗਏ 20-20 ਹੈ, 20 ਉੱਧਰ ਹੈ ਤਾਂ 20 ਇੱਧਰ, ਇੱਕ ਗੱਲ ਉਹ 20 ਛੱਡ ਦਈਏ, ਜਿਹੜੇ 20 ਇੱਧਰ ਹੈ ਤੁਸੀਂ ਉਹਨਾਂ 20 'ਚ ਤਾਂ ਨਹੀਂ ਹੈਗੇ ਹੋ। ਮੈਂ ਕਹਿੰਦਾ ਮੈਂ ਮੰਨ ਲਈ ਨਾ, ਇੱਕ ਉਦਾਹਰਨ ਦੇ ਤੌਰ ਤੇ, ਇਹ ਉਦਾਹਰਨ ਦੇ ਤੌਰ ਤੇ ਤੁਸੀਂ ਆਪਣੇ ਪੰਜਾਬ ਵਾਲੇ 20 'ਚ ਤਾਂ ਨਹੀਂ ਹੈਗੇ, ਮੈਂ ਇਹ ਪੁੱਛ ਰਿਹਾ। ਪਰ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਨੇ, ਮੇਰੀ ਗੱਲ ਸੁਣੋ, ਮੈਂ ਅਸੀਂ ਰੋਜ਼ ਇਹ ਅਰਦਾਸ ਨਹੀਂ ਕਰਦੇ, ਉਦੋਂ ਬਾਹਰ ਚਲੇ ਜਾਂਦੇ ਗੁਰਦੁਆਰਾ ਸਾਹਿਬ ਚੋਂ, ਜਦੋਂ ਕਹਿੰਦੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਉਦੋਂ ਇਹ ਦੋਹਰਾ ਨਹੀਂ ਪੜ੍ਹਦੇ। ਆ ਜਿੰਨੇ ਬੈਠੇ ਨੇ ਤਿੰਨੇ ਜਿਹੜੇ ਪਾਰਟੀਆਂ ਦੇ ਵੱਖ ਵੱਖ, ਖਾਲਸਾ ਦਾ ਮਤਲਬ ਪਤਾ, ਖਾਲਸਾ ਦਾ ਮਤਲਬ ਪਤਾ, ਤੁਹਾਨੂੰ ਪਤਾ, ਤੁਹਾਨੂੰ ਪਤਾ, ਮੈਂ ਉਹ ਗੱਲ ਕਹਿਣੀ ਚਾਹੁੰਦਾ, ਉਦੋਂ ਇਹ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਭੱਜ ਜਾਂਦੇ ਨੇ। ਕੀ ਸਰਦਾਰ ਮਨਮੋਹਨ ਸਿੰਘ ਖਾਲਸਾ ਨਹੀਂ ਸੀ, ਕੈਪਟਨ ਅਮਰਿੰਦਰ ਸਿੰਘ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਖਾਲਸਾ ਨਹੀਂ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਨਹੀਂ ਨਹੀਂ ਨਹੀਂ, ਆਪਣਾ ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ ਸਾਹਿਬ ਦੇਖੋ, ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ ਸਾਹਿਬ, ਪੀਰ ਮੁਹੰਮਦ ਸਾਹਿਬ, ਠੀਕ ਹੈ, ਤੁਸੀਂ ਆਪਣੀ ਗੱਲ ਕਲੀਅਰ ਕਰ ਲਈ, ਤੁਸੀਂ ਆਪਣੀ ਗੱਲ ਕਲੀਅਰ ਕਰ ਲਈ। ਗਰੇਵਾਲ ਸਾਹਿਬ, ਗਰੇਵਾਲ ਸਾਹਿਬ ਦੇਖੋ, ਗੱਲ ਤਾਂ ਸਪਸ਼ਟ ਹੋ ਗਈ ਕਿ ISI ਪਾਕਿਸਤਾਨ ਆਪਣਾ ਗੁਆਂਢੀ ਮੁਲਕ ਜਿਹੜਾ ਨਹੀਂ ਚਾਹੁੰਦਾ ਕਿ ਆਪਣੇ ਪੰਜਾਬ 'ਚ ਸ਼ਾਂਤੀ ਹੋਵੇ, ਉਹ ਇਸਦੇ ਪਿੱਛੇ ਲੱਗਾ ਹੋਇਆ, ਅਤੇ ਗੁਰਪਤਵੰਤ ਪੰਨੂ ਇੱਕ ਉਸਦਾ ਇੱਕ ਪਿਆਦਾ ਹੈ, ਉਸਦੇ ਪਿਆਦੇ ਦੇ ਤੌਰ 'ਤੇ ਅੱਜ ਉਹ ਰੈਫਰੈਂਡਮ 2020 ਜਾਂ ਜੋ ਵੀ ਲੰਡਨ ਐਲਾਨਨਾਮਾ ਕਰਵਾ ਰਿਹਾ, ਤਾਂ ਕਲੀਅਰ ਹੋ ਗਿਆ ਕਿ ਸਾਜ਼ਿਸ਼ ਹੈ, ਪਰ ਇਸਦਾ ਖਮਿਆਜ਼ਾ ਭੁਗਤਣਾ ਪੈਣਾ ਪੂਰੀ ਕੌਮ ਨੂੰ, ਸਾਰੇ ਸਿੱਖਾਂ ਨੂੰ, ਕਿਉਂਕਿ ਇਹ ਸਿੱਖਾਂ ਨੂੰ ਵੰਡਣ ਦੀ ਸਾਜ਼ਿਸ਼ ਹੈ। ਡੂ ਯੂ ਐਗਰੀ ਵਿਦ ਦਿਸ, ਗਰੇਵਾਲ ਸਾਹਿਬ? ਬਿਲਕੁਲ, ਇਸ ਤਰ੍ਹਾਂ ਮੈਂ ਬੰਨੀ ਜੀ ਦੀ ਗੱਲ ਨੂੰ ਅੱਗੇ ਵਧਾਊਂਗਾ। ਉਹਨਾਂ ਨੇ ਕਿਹਾ ਵੀ 20 ਬੰਦੇ ਵਿਦੇਸ਼ 'ਚ ਨੇ, 20 ਬੰਦੇ ਸਾਡੇ ਕੰਟਰੀ 'ਚ ਨੇ ਪੰਜਾਬ 'ਚ, ਔਰ ਉਹਦੇ ਨਾਲ ਨਾਲ ਮੈਂ ਇਹ ਕਹਿਣਾ ਕਿ ਇਹ 20-20 ਬੰਦੇ ਜਿਹੜੇ ਆ, ਇਹ ISI ਪਾਕਿਸਤਾਨ ਦੇ ਹੱਥ ਠੋਕੇ ਨੇ, ਔਰ ਇਹ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣਾ ਚਾਹੁੰਦੇ ਨੇ, ਇਹਨਾਂ ਨੂੰ ਪੰਜਾਬ ਦੀ ਸ਼ਾਂਤੀ ਪਸੰਦ ਨਹੀਂ, ਪੰਜਾਬ ਦੀ ਜਵਾਨੀ ਦਾ ਘਾਣ ਕਰਾਉਣਾ ਚਾਹੁੰਦੇ ਨੇ, ਜਿੱਦਾਂ ਇਹਨਾਂ ਨੇ ਪਹਿਲਾਂ ਕਰਵਾਇਆ।
ਨੌਜਵਾਨਾਂ ਦਾ ਕਤਲੇਆਮ ਕਰਵਾਇਆ, ਪੰਜਾਬੀਆਂ ਨੂੰ ਪੰਜਾਬੀਆਂ ਨਾਲ ਲੜਾ ਕੇ ਮਰਵਾਇਆ, ਤੇ ਤੀਜਾ ਇਹ ਡਾਲਰ ਇਕੱਠਾ ਕਰਨਾ ਚਾਹੁੰਦੇ ਨੇ। ਹੋਰ ਇਹਨਾਂ ਦਾ ਕੋਈ ਮਕਸਦ ਨਹੀਂ, ਇਹਨਾਂ ਨੂੰ ਇਹ ਪਤਾ, ਇਹਨਾਂ ਨੂੰ ਇਹ, ਮੈਨੂੰ ਮੇਰੀ ਗੱਲ ਕਰ ਲੈਣ ਦਿਓ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਇਹ ਰਿਫਰੈਂਡਮ 2020 ਦੇ ਦੇਰ ਆਰ ਨੋ ਟੇਕਰਸ, ਉਹਨਾਂ ਦੇ ਕੋਈ ਮੈਚ ਤਾਂ ਹੈ ਨਹੀਂ, ਇਹ ਕਲੀਅਰ ਹੋ ਗਿਆ। ਹੁਣ ਕਰਨੈਲ ਜੀ ਨੇ ਵੀ ਮੰਨ ਲਿਆ ਕਿ 2020 ਹੈ ਅਤੇ 20 ਹੈ, ਛੋਟਾ ਜਿਹਾ ਮੈਚ ਆ, ਉਹਨਾਂ ਨੇ ਉੱਥੇ ਖੇਡਣਾ ਇੱਕ ਟਰਾਇਲ ਦੇ ਤੌਰ 'ਤੇ। ਆਈਐਸਆਈ ਨੇ ਜਿੰਨੀ ਕੁ ਫੂਕ ਭਰੀ ਹੈ ਉੱਥੇ ਜਾ ਕੇ ਉਹਦਾ ਬਬਲ ਹੈ ਬਸਟ ਹੋ ਜਾਏਗਾ, ਉਹ ਕਲੀਅਰ ਹੋ ਜਾਏਗਾ, ਕੱਲ੍ਹ ਦਾ ਦਿਨ ਆਪਾਂ ਦੇਖ ਲਾਂਗੇ। ਪਰ ਦੂਜੀ ਗੱਲ ਜਿਹੜੀ ਆਪਾਂ ਕਰਨਾ ਚਾਹ ਰਹੇ ਹਾਂ, ਕੇਂਦਰੀ ਮੰਤਰੀ ਓਕੇ ਮੇਰਾ ਸਵਾਲ ਲੈ ਲਓ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਹਿੰਦੇ ਨੇ, ਉਹ ਅਪੀਲ ਕਰ ਰਹੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਇਹਨਾਂ ਦੇ ਝਾਂਸੇ ਦੇ ਵਿੱਚ ਨਾ ਆਉਣ, ਫਰੀ ਟਿਕਟਾਂ ਵੀਜ਼ੀਆਂ ਦੇ ਝਾਂਸੇ 'ਚ ਨਾ ਆਉਣ। ਸੀ ਡੀ ਕੰਬੋਜ ਸਾਹਿਬ, ਤੁਹਾਨੂੰ ਲੱਗਦਾ ਕਿ ਇਸਦਾ ਬਾਕੀ ਕੋਈ ਨੁਕਸਾਨ ਹੋਵੇ ਨਾ ਹੋਵੇ, ਇਹ ਜਿਹੜੇ ਆਪਣੇ ਯੂਥ ਹੈ, ਜਿਹੜਾ ਆਪਣਾ ਪੰਜਾਬ ਦਾ ਨੌਜਵਾਨ ਹੈ, ਇਹਨਾਂ ਦੇ ਉੱਪਰ ਅਸਰ ਹੋ ਸਕਦਾ ਅਤੇ ਇਹਨਾਂ ਨੂੰ ਬਚਾਉਣ ਦੀ ਸਭ ਤੋਂ ਜ਼ਿਆਦਾ ਲੋੜ ਹੈ? ਵਾਲੀਆ ਸਾਹਿਬ ਬਿਲਕੁਲ ਠੀਕ ਹੈ, ਯੂਥ ਜਿਹੜਾ ਹੈ ਨਾ, ਹੋ ਸਕਦਾ ਕਿ ਕੁਛ ਬੱਚੇ ਵੀ ਚਲੋ ਇੰਗਲੈਂਡ ਦਾ ਚੱਕਰ ਮਾਰ ਆਵਾਂਗੇ ਔਰ ਇੱਕ ਵਾਰੀ ਉੱਥੇ ਚਲੇ ਜਾਵਾਂਗੇ ਅਤੇ ਦੁਬਾਰਾ ਵੀਜ਼ਾ ਲੈਣਾ ਆਸਾਨ ਹੋਏਗਾ। ਹੋ ਸਕਦਾ ਕੁਝ ਲੋਕ ਜਿਹੜੇ ਨੇ ਉਹ ਇਸ ਚਾਂਸੇ 'ਚ ਆ ਜਾਣ, ਮੈਨੂੰ ਇਹ ਨਹੀਂ ਪਤਾ ਹੈਗਾ ਕਿ ਕਿਸੇ ਨੂੰ ਵੀਜ਼ਾ ਮਿਲਿਆ ਹੈ ਕਿ ਨਹੀਂ ਮਿਲਿਆ। ਚਲੋ ਆਪਾਂ ਦੇਖ ਲਾਂਗੇ ਕਿ ਵੀਜ਼ਾ ਮਿਲਿਆ ਕਿ ਨਹੀਂ। ਕੰਬੋਜ ਸਾਹਿਬ ਆਪਣੇ ਨਾਲ, ਕੰਬੋਜ ਸਾਹਿਬ ਆਈ ਜਸਟ ਵਾਂਟ ਟੂ ਹੋਲਡ ਔਨ, ਸਤਨਾਮ ਸਿੰਘ ਦਲ ਖਾਲਸਾ ਜੁੜ ਗਏ ਨੇ, ਆਪਾਂ ਪੁਆਇੰਟ ਲੈ ਲਈਏ। ਦੋਜ਼ ਹੂ ਆਰ ਆਸਕਿੰਗ, ਇੱਕ ਮਿੰਟ ਵਾਲੀਆ ਸਾਹਿਬ ਗੱਲ ਤਾਂ ਕਰਨ ਦਿਓ। ਕੰਬੋਜ ਸਾਹਿਬ ਆਪਾਂ ਉਹਨਾਂ ਦੇ ਰਿਐਕਸ਼ਨ ਲੈ ਲਈਏ ਕਿਉਂਕਿ ਹੁਣ ਜੁੜ ਗਏ ਨੇ, ਮੈਂ ਤੁਹਾਨੂੰ ਦੁਬਾਰਾ ਆਉਣਾ। ਸਤਨਾਮ ਜੀ, ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ ਮੇਰੀ? ਸਤਨਾਮ ਜੀ, ਤੁਹਾਨੂੰ ਆਵਾਜ਼ ਮਿਲ ਪਾ ਰਹੀ ਹੈ ਮੇਰੀ? ਥੋੜ੍ਹਾ ਉੱਚੀ ਬੋਲੋ, ਸਾਡੇ ਪੈਨਲਿਸਟ ਵੀ ਤੁਹਾਨੂੰ ਸੁਣ ਸਕਣ, ਥੋੜ੍ਹਾ ਉੱਚੀ ਬੋਲੋ ਸਤਨਾਮ ਜੀ। ਕੰਬੋਜ ਸਾਹਿਬ ਤੁਹਾਡੀ ਆਵਾਜ਼ ਸੁਣ ਕੇ ਮੈਨੂੰ ਲੱਗਦਾ ਬੋਲ ਨਹੀਂ ਰਹੇ, ਤੁਸੀਂ ਆਪਣਾ ਪੁਆਇੰਟ ਕੰਟੀਨਿਊ ਕਰੋ, ਫਿਰ ਮੈਂ ਮਿਸਟਰ ਬਨੀ ਕੋਲ ਜਾਣਾ। ਦੇਖੋ ਜਿਹੜੀ 1984 ਦੀ ਗੱਲ ਹੈ, ਕੋਈ ਉਹਨੂੰ ਕਹਿ ਨਹੀਂ ਸਕਦਾ ਕਿ ਉਹ ਠੀਕ ਹੋਈ ਹੈ, ਉਹ ਗਲਤ ਹੋਈ ਹੈ, ਔਰ ਉਹ ਇਤਿਹਾਸ ਦੇ ਉੱਤੇ ਹਮੇਸ਼ਾ ਹੀ ਕਾਲਾ ਧੱਬਾ ਰਹੇਗਾ, ਇਹਦੇ 'ਚ ਕੋਈ ਡਿਨਾਇਲ ਨਹੀਂ ਹੈ, ਔਰ ਕੋਈ ਉਹਨੂੰ ਪ੍ਰੋਟੈਕਟ ਨਹੀਂ ਕਰ ਸਕਦਾ। ਪਰ ਅੱਜ 1984 ਦੀ ਗੱਲ ਨਹੀਂ ਹੋ ਰਹੀ, ਅੱਜ ਰੈਫਰੈਂਡਮ 2020 ਦੀ ਗੱਲ ਹੋ ਰਹੀ ਹੈ। ਤੁਸੀਂ ਜਵਾਨੀ ਦੀ ਗੱਲ ਕੀਤੀ ਹੈ, ਪੰਜੌਲੀ ਸਾਹਿਬ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਇੱਥੇ ਆਏ ਨੇ, ਬਜ਼ੁਰਗ ਹੋ ਚੁੱਕੇ ਨੇ, ਮੈਨੂੰ ਦੱਸੋ ਇਹ ਕਿਹੜੇ ਕਾਲਜ ਪੜ੍ਹਦੇ ਨੇ, ਕਿਹੜੀ ਯੂਨੀਵਰਸਿਟੀ? ਅਸੀਂ ਇਹੋ ਹੀ ਗੱਲ ਕਹਿਣੀ ਚਾਹੁੰਦੇ ਆ ਕਿ ਤੁਸੀਂ ਤੇ ਵੀ ਜਿਵੇਂ ਤੁਹਾਨੂੰ ਸਵਾਲ ਕੀਤਾ ਕਿ ਤੁਸੀਂ ਅਕਾਲੀ ਦਲ ਦਾ, ਤੁਹਾਡੇ ਕੋਲ ਦਾੜੀ ਤੁਸੀਂ ਕੱਟ ਰਹੇ ਹੋ, ਤੁਹਾਡੇ ਕੋਲ ਕਸ਼ਹਿਰਾ ਕਿੱਥੇ ਆ, ਕੁਰਬਾਨ ਕਿੱਥੇ ਆ, ਜਿਹੜੇ ਜਥੇਦਾਰ ਹੁੰਦੇ ਸੀ ਉਸ ਵੇਲੇ ਉਹਨਾਂ ਦਾ ਇੱਕ ਆਪਣਾ ਹੁੰਦਾ ਸੀ ਸਿਧਾਂਤ, ਉਹ ਸਿਧਾਂਤ ਕਿੱਥੇ ਆ ਤੁਹਾਡੇ ਕੋਲ? ਤੁਹਾਡੇ ਕੋਲ ਪੰਜ ਨਾਮ ਦੀ ਆਵਾਜ਼ ਆ ਰਹੀ ਹੈ ਮੇਰੀ, ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਲੀਕ ਲਾਈ, ਨਾਮ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ, ਅਕਾਲੀ ਦਲ ਨੂੰ ਲੀਕ ਲਾਉਣ ਵਾਲਾ ਮੈਨੂੰ ਸਵਾਲ ਨਹੀਂ ਕਰ ਸਕਦਾ, ਤੇਰੇ ਵਿੱਚ ਤਾਂ ਇਹੋ ਹੀ ਹੈ। ਠੀਕ ਹੈ, ਤੁਸੀਂ ਬਜ਼ੁਰਗ ਹੁੰਦੇ ਹੋਏ ਵੀ ਦਾੜੀ ਵੀ ਕਾਲੀ ਕਰ ਰਹੇ ਹੋ ਔਰ ਦਾੜੀ ਕੱਟ ਵੀ ਰਹੇ ਹੋ। ਸਤਨਾਮ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਆ ਰਹੀ ਹੈ ਜੀ। ਸਤਨਾਮ ਜੀ, ਗੱਲ ਕਰ ਰਹੇ ਹਾਂ ਰੈਫਰੈਂਡਮ 2020 ਦੀ, ਸਾਰੇ ਪੈਨਲਿਸਟ ਸਾਡੇ ਨਾਲ ਬੈਠੇ ਹੋਏ ਨੇ, ਕੀ ਮੰਨਦੇ ਹੋ ਕਿ ਰੈਫਰੈਂਡਮ 2020 ਤੇ ਕੱਲ ਹੋਣ ਵਾਲਾ ਲੰਡਨ ਐਲਾਨਨਾਮਾ ਹੋਣਾ ਚਾਹੀਦਾ ਕਿ ਨਹੀਂ? ਇਹਦੇ ਬਾਰੇ ਦਲ ਖਾਲਸਾ ਦੀ ਪਾਲਿਸੀ ਬੜੀ ਕਲੀਅਰ ਹੈ, ਅਸੀਂ ਉਹਨਾਂ ਕੋਲ ਸਪਸ਼ਟੀਕਰਨ ਮੰਗਿਆ ਸੀ, ਉਹਨਾਂ ਨੇ ਸਪਸ਼ਟੀਕਰਨ ਕੋਈ ਨਹੀਂ ਦਿੱਤਾ। ਇਸ ਮੁੱਦੇ ਦੇ ਉੱਤੇ ਬਲਕਿ ਰੈਫਰੈਂਡਮ ਹੋ ਰਿਹਾ, ਉਸ ਮੁੱਦੇ ਨਾਲ ਤਾਂ ਅਸੀਂ ਸਹਿਮਤ ਹਾਂ ਖਾਲਿਸਤਾਨ ਦੇ ਨਾਲ। ਅੱਛਾ, ਜਿਹੜਾ ਮਤਲਬ ਕਿ ਜਿਹੜਾ, ਕਿਉਂਕਿ ਇਹ ਸੁਪਰੀਮ ਕੋਰਟ ਦੀ ਰੂਲਿੰਗ ਹੈ,
ਸਤਨਾਮ ਜੀ ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਪੰਜਾਬ ਚ ਰਹਿੰਦੇ ਹੋ ਕਿਤੇ ਬਾਹਰ ਰਹਿੰਦੇ ਹੋ? ਕਿਹੜੇ ਪੰਜਾਬ ਚ ਰਹਿੰਦੇ ਹੋ? ਪੰਜਾਬ ਕਿਹਦੇ ਵਿੱਚ ਆਉਂਦਾ? ਇੰਡੀਆ ਵਿੱਚ ਆਉਂਦਾ ਕਿ ਪਾਕਿਸਤਾਨ ਚ ਆਉਂਦਾ? ਇੰਡੀਆ ਚ ਆਉਂਦਾ। ਫਿਰ ਤੁਹਾਨੂੰ ਆਜ਼ਾਦੀ ਕਿਹੜੀ ਚਾਹੀਦੀ? ਉਹ ਤਾਂ ਲੈ ਲਈ 1947 ਚ ਆਪਾਂ। ਪਾਕਿਸਤਾਨ ਦੇ ਕਹੇ ਤੇ ਚੱਲੋਗੇ ਤੁਸੀਂ ਆਜ਼ਾਦੀ ਲੈਣ ਲਈ? ਕੀ ਪਾਕਿਸਤਾਨ ਦੇ ਕਹੇ ਤੇ ਚੱਲੋਗੇ? ISI ਦੇ ਕਹਿਣ ਤੇ ਚੱਲੋਗੇ? ਬਿਲਕੁਲ ਬਿਲਕੁਲ ਨਹੀਂ। ਫਿਰ ਤੁਹਾਨੂੰ ਕਿਹੜੀ ਆਜ਼ਾਦੀ ਚਾਹੀਦੀ ਹੈ? ਕੀ ਤੁਸੀਂ ਸਵੇਰੇ ਆਪਣੇ ਘਰ ਤੋਂ ਬਾਹਰ ਨਹੀਂ ਆ ਪਾਉਂਦੇ? ਕਰਫਿਊ ਲੱਗਿਆ ਹੋਇਆ। ਕਿੱਦਾਂ ਦੀ ਆਜ਼ਾਦੀ ਚਾਹੀਦੀ ਹੈ ਤੁਹਾਨੂੰ? ਸਤਨਾਮ ਜੀ ਸਾਰਾ ਪੰਜਾਬ ਤੁਹਾਨੂੰ ਸੁਣ ਰਿਹਾ ਹੈ। ਦੇਰ ਆਰ ਨੋ ਟੇਕਰ ਫੋਰ ਦਿਸ ਆਈਡੀਓਲੋਜੀ ਦੀਸ ਡੇਸ, ਕਿਉਂਕਿ ਜੋ ਅੱਜ ਪੰਜਾਬ ਦੇ ਲੋਕ ਕਹਿੰਦੇ ਹੈ ਕਿ ਜਿਹੜੇ ਲੋਕ ਖਾਲਿਸਤਾਨ ਦੀ ਮੰਗ ਕਰਦੇ ਹੈ ਉਹ ਆਪਣੀ ਦੁਕਾਨ ਚਲਾਉਂਦੇ ਹੈ। ਸਾਡੇ ਨਾਲ ਕਾਂਗਰਸ ਦੇ ਮਨਪ੍ਰੀਤ ਸਿੰਘ ਬਣੀ ਜੀ ਜੁੜੇ ਨੇ, ਉਹ ਕਹਿੰਦੇ 20 ਬੰਦੇ ਤੁਹਾਡੇ ਬਾਹਰ ਹੈ ਤੇ 20 ਕਹਿੰਦੇ ਹੈ ਤਾਂ 20 ਇਕੱਠੇ ਕਰਨੇ ਤਾਂ ਮੁਸ਼ਕਿਲ ਨਹੀਂ ਹੈ, 20 ਬੰਦੇ ਇਕੱਠੇ ਕਰਕੇ ਰੌਲਾ ਪਾਉਣਾ ਆਸਾਨ ਹੈ। ਖਤਮ ਹੋ ਜਾਣਾ। ਸਤਨਾਮ ਜੀ ਅੱਗੇ ਦੇਖਣਾ ਚਾਹੁੰਦਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਤੁਰੇ ਫਿਰਦੇ ਨੇ। ਗੌਰਵ ਜੀ ਇਹਨਾਂ ਨੂੰ ਇੰਨੀ ਆਜ਼ਾਦੀ ਆ ਕਿ ਦੇਸ਼ ਤੋੜਨ ਦੀ ਗੱਲ ਟੀਵੀ ਤੇ ਚੈਨਲਾਂ ਤੇ ਕਰ ਰਹੇ ਆ, ਦੇਖ ਲਓ। ਫਿਰ ਇਹਨਾਂ ਨੂੰ ਕੋਈ ਜੇਲ੍ਹ ਚ ਨਹੀਂ ਭੇਜਦਾ? ਤੁਹਾਨੂੰ ਇੰਨੀ ਆਜ਼ਾਦੀ ਦੇਤੀ, ਤੁਸੀਂ ਆਪਣੇ ਮੋਬਾਈਲ ਤੋਂ ਸਾਡੇ ਨਾਲ ਗੱਲ ਕਰ ਰਹੇ ਹੋ, ਪੂਰੀ ਆਜ਼ਾਦੀ ਹੈ। ਕਿੱਦਾਂ ਦੀਆਂ ਗੱਲਾਂ ਕਰਦੇ ਹੋ ਜੀ ਸਤਨਾਮ ਜੀ? ਸਤਨਾਮ ਜੀ ਛੱਡ ਦਿਓ ਹੁਣ ਵਾਲੀ ਆਈਡੀਓਲੋਜੀ, ਛੱਡ ਦਿਓ, ਆਪਾਂ ਸਹੀ ਗੱਲਾਂ ਕਰੀਏ। ਪੰਜਾਬ ਦੇ ਨੌਜਵਾਨ ਵੀ ਸੁਣ ਰਹੇ ਆ, ਪੰਜਾਬ ਦੇ ਲੋਕ ਸੁਣ ਰਹੇ ਆ, ਆਪਾਂ ਚੰਗੀਆਂ ਗੱਲਾਂ ਕਰੀਏ। ਇਹਨਾਂ ਨੂੰ ਕਹੋ ਜੇ ਇੰਨੇ ਬੜੇ ਆ, ਪਾਕਿਸਤਾਨ ਚ ਵੀ ਪੰਜਾਬ ਆ, ਉਹਨੂੰ ਆਜ਼ਾਦ ਕਰਾ ਲੋ। ਗੌਰਵ ਜੀ ਸਤਨਾਮ ਜੀ ਗਰੇਵਾਲ ਸਾਹਿਬ ਜੁੜੇ ਹੋਏ ਨੇ, ਗਰੇਵਾਲ ਸਾਹਿਬ ਕਹਿ ਰਹੇ ਨੇ ਪਾਕਿਸਤਾਨ ਦਾ ਪੰਜਾਬ ਹੈ, ਲੈ ਕੇ ਪੰਜਾਬ ਉਹਨੂੰ ਆਜ਼ਾਦ ਕਰਾ ਕੇ ਇੱਧਰ ਲੈ ਆਓ। ਅਸੀਂ ਮਤਲਬ ਕੇ ਤਿੰਨ ਕੌਮਾਂ ਨੇ ਉਸ ਵੇਲੇ ਫੈਸਲਾ ਕੀਤਾ ਸੀਗਾ, ਫੈਸਲਾ ਹੋ ਗਿਆ ਸੀ ਸਤਨਾਮ ਜੀ 1947 ਦੇ ਵਿੱਚ ਆਪਾਂ ਆਜ਼ਾਦ ਹੋ ਗਏ ਸੀਗੇ, ਕਿ ਇਹੀ ਅੱਜ ਦਾ ਲਾਅ ਹੈ, ਇਹੀ ਸੱਚਾਈ ਹੈ, ਤੁਹਾਨੂੰ ਮੰਨਣੀ ਪੈਣੀ ਹੈ, ਸਾਰਿਆਂ ਨੂੰ ਮੰਨਣੀ ਪੈਣੀ ਹੈ। ਆਪਾਂ ਆਜ਼ਾਦ ਪੰਜਾਬ 'ਚ ਰਹਿ ਰਹੇ ਹਾਂ, ਆਜ਼ਾਦ ਮੁਲਕ 'ਚ ਰਹਿ ਰਹੇ ਹਾਂ, ਤੁਹਾਡਾ ਸਾਰਿਆਂ ਦਾ ਮੇਰੇ ਨਾਲ ਬਣਨ ਲਈ ਬਹੁਤ ਬਹੁਤ ਧੰਨਵਾਦ। ਵੱਡੀ ਗੱਲ ਇਹ ਹੈ ਕਿ 12 ਤਰੀਕ ਯਾਨੀ ਕੱਲ੍ਹ ਰੈਫਰੈਂਡਮ 2020 ਨੂੰ ਲੈ ਕੇ ਲੰਡਨ ਐਲਾਨਨਾਮਾ ਹੋਣ ਜਾ ਰਿਹਾ ਹੈ, ਜਿਹੜਾ ਕਿ ਦੇਸ਼ ਤੋੜੂ। ਬਿਲਕੁਲ ਬਿਲਕੁਲ ਸਰ, ਮੇਰੇ ਕੋਲ ਟਾਈਮ ਘੱਟ ਹੈ, ਆਪਾਂ ਕੱਲ੍ਹ ਦੁਬਾਰਾ ਮੁੜ ਤੋਂ ਚਰਚਾ ਕਰਾਂਗੇ ਇਸ ਮੁੱਦੇ ਦੇ ਉੱਪਰ, ਪਰ ਇਹ ਦੇਸ਼ ਵੰਡੂ ਹੈ, ਪੰਜਾਬ ਨੂੰ ਤੋੜਨ ਵਾਲਾ ਹੈ, ਇਹ ਗੱਲ ਸਾਫ਼ ਹੋ ਗਈ ਹੈ ਕਿ ਪਾਕਿਸਤਾਨ ਇਸ ਦੇ ਪਿੱਛੇ ਹੈ, ਅਤੇ ਸਾਨੂੰ ਖਾਸ ਤੌਰ 'ਤੇ ਸਾਡੇ ਜਿਹੜੇ ਅਜਿਹੇ ਲੋਕ ਨੇ, ਭਰਾ ਨੇ, ਉਹਨਾਂ ਨੂੰ ਇਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਉਹਨਾਂ ਦਾ ਮੋਹਰਾ ਨਹੀਂ ਬਣਨਾ ਚਾਹੀਦਾ। ਤੁਹਾਡਾ ਸਾਰਿਆਂ ਦਾ ਸਾਡਾ ਜੁੜਨ ਲਈ ਬਹੁਤ ਬਹੁਤ ਧੰਨਵਾਦ, ਇਜਾਜ਼ਤ ਦਿਓ, ਧੰਨਵਾਦ।